ਜੇ ਭਾਗਾਂ 'ਚ ਲਿਖਿਆ ਹੋਇਆ ਕੋਈ ਤਾਕਤ ਰੋਕ ਹੀ ਨਹੀਂ ਸਕਦੀ। ਬਸ ਇੰਨਾ ਧਿਆਨ ਰੱਖਣਾ ਵੀ ਜਿਸ ਦਾਤੇ ਨੇ ਦਿੱਤਾ ਹਜ਼ੂਰ ਕਹਿੰਦੇ ਉਹਦਾ ਸ਼ੁਕਰਾਨਾ ਕਰ। ਆ ਸ਼ੁਕਰ ਕਰਨ ਵਾਸਤੇ ਆਪਾਂ ਜੁੜ ਬੈਠੇ, ਉਸ ਦਾਤੇ ਦਾ ਸ਼ੁਕਰਾਨਾ ਕਰਨੇ। ਰਮਈਆ ਕੇ ਗੁਣ ਚੇਤ ਪਰਾਨੀ, ਕਵਣ ਮੂਲ ਤੇ ਕਵਨ ਦ੍ਰਿਸ਼ਟਾਨੀ, ਤੂੰ ਕੀ ਸੀ ਤੈਨੂੰ ਕੀ ਬਣਾ ਦੇ। ਇੱਕ ਸੱਜਣ ਕਿਸੇ ਸਾਧੂ ਕੋਲ ਜਾ ਕੇ ਕਹਿੰਦਾ, ਪੰਚਤੰਤਰ ਗ੍ਰੰਥ ਵਿੱਚ ਲਿਖਿਆ, ਉਹ ਜਾ ਕੇ ਕਹਿੰਦਾ, ਜੀ ਤੁਸੀਂ ਕਹਿੰਦੇ ਰਹਿੰਦੇ ਹੋ ਰੱਬ ਨੇ ਲਿਖਿਆ ਹੋਇਆ ਭਾਗਾਂ ਵਿੱਚ ਜੋ ਲਿਖਿਆ ਉਹ ਖਾਣੇ, ਜੋ ਲਿਖਿਆ ਉਹ ਖਾਣੇ। ਕਹਿੰਦਾ ਜੀ ਮੈਂ ਨਹੀਂ ਮੰਨਦਾ, ਇਹ ਤਾਂ ਮੇਰੀ ਮਰਜ਼ੀ ਹੈ। ਕਈ ਵਾਰ ਵਰਤ ਵੀ ਰੱਖ ਲਈਦਾ ਫਿਰ ਕੋਈ ਖੜਾ ਕੇ ਦਿਖਾ ਲੇ, ਕਈ ਵਾਰ ਵਰਤ ਰੱਖ ਲਈਦਾ ਵੀ ਅੱਜ ਰੋਟੀ ਨਹੀਂ ਖਾਣੀ, ਕਹਿੰਦੇ ਫਿਰ ਰੱਬ ਕਿਵੇਂ ਖੜਾ ਦੇਗਾ। ਜਦੋਂ ਉਹ ਬੰਦੇ ਨੇ ਸਵਾਲ ਕੀਤਾ ਤਾਂ ਉਹ ਸਾਧੂ ਕਹਿੰਦਾ, ਭਾਈ ਜਿਹੜਾ ਰੱਬ ਦੀ ਹੋਣ ਤੋਂ ਮੁਨੱਕਰ ਹੋ ਜਾਏ ਨਾ ਉਹਨੂੰ ਸਮਝਾਇਆ ਨਹੀਂ ਜਾ ਸਕਦਾ, ਮੈਂ ਤੇਰੇ ਸਵਾਲ ਦਾ ਜਵਾਬ ਨਹੀਂ ਦੇਣਾ। ਉਹ ਕਹਿੰਦਾ, ਜੀ ਫਿਰ ਤੁਸੀਂ ਸਮਝਾਉਂਦੇ ਕਿਉਂ ਹੋ ਵੀ ਜੋ ਰੱਬ ਨੇ ਲਿਖਿਆ ਉਹ ਖਾਣਾ ਪੈਂਦਾ ਜੇ ਰੱਬ ਨੇ ਲਿਖਿਆ? ਕਹਿੰਦਾ ਜੇ ਮੈਂ ਨਾ ਖਾਵਾਂ ਰੱਬ ਮੈਨੂੰ ਧੱਕੇ ਨਾਲ ਖੜਾ ਦੇਗਾ। ਤਾਂ ਸਾਧੂ ਕਹਿੰਦਾ, ਭਾਈ ਫਿਰ ਜੇ ਤੈਨੂੰ ਯਕੀਨ ਨਹੀਂ ਤਾਂ ਤੂੰ ਪਰਤਾ ਕੇ ਵੇਖ ਲੈ, ਰੱਬ ਨੇ ਜਿਹਨੂੰ ਖਿਲਾਉਣੇ ਉਹਨੂੰ ਖਿਲਾ ਦਿੰਦਾ। ਹਾਂ ਜੇ ਤੈਨੂੰ ਦਿਨੇ ਭੁੱਖਾ ਰੱਖਣੇ ਫਿਰ ਤੇਰੇ ਚਿੱਤ 'ਚ ਵਿਚਾਰ ਪਾਤੀ ਹੈ ਤੂੰ ਵਰਤ ਰੱਖ ਲੈਣਾ, ਤੇਰੇ ਭਾਗਾਂ 'ਚ ਉੱਦਣ ਨਹੀਂ ਲਿਖਿਆ ਹੋਏਗਾ। ਜੇ ਤੂੰ ਮਨ 'ਚ ਇਹ ਧਾਰਿਆ ਵੀ ਰੱਬ ਮੈਨੂੰ ਖਿਲਾ ਕੇ ਦਿਖਾ ਲੇ, ਜੇ ਉਹਨੇ ਤੇਰੇ ਭਾਗਾਂ 'ਚ ਉਸ ਦਿਨ ਅੰਨ ਜਲ ਨਹੀਂ ਲਿਖਿਆ ਹੋਇਆ ਤੂੰ ਨਹੀਂ ਖਾਏਗਾ, ਜੇ ਤੇਰੇ ਭਾਗਾਂ 'ਚ ਲਿਖਿਆ ਤੂੰ ਲੱਖ ਯਤਨ ਕਰ ਤਾਂ ਵੀ ਰੁਕ ਨਹੀਂ ਸਕਦਾ, ਤੈਨੂੰ ਖਾਣਾ ਪਏਗਾ। ਉਹ ਕਹਿੰਦਾ, ਜੀ ਮੈਂ ਨਹੀਂ ਮੰਨਦਾ। ਉਹ ਕਹਿੰਦਾ, ਭਾਈ ਫਿਰ ਇਹ ਤਾਂ ਤੂੰ ਪਰਤਾ ਕੇ ਵੇਖ ਲਾ। ਕਹਿੰਦੇ ਨੇ ਉਹਨੇ ਫਿਰ ਮਨ 'ਚ ਧਾਰ ਲਿਆ। ਉਹ ਕਹਿੰਦਾ, ਲਓ ਜੀ ਅੱਜ ਮੈਂ ਸਵੇਰੇ ਦਿਨ ਚੜ੍ਹਨ ਤੋਂ ਸੂਰਜ ਡੁੱਬਣ ਤੱਕ ਕੋਈ ਅੰਨ ਜਲ ਮੂੰਹ ਨੂੰ ਨਹੀਂ ਲਾਵਾਂਗਾ, ਜੇ ਰੱਬ ਦਾ ਲਿਖਿਆ ਹੋਇਆ ਖਾਈਦਾ ਫਿਰ ਰੱਬ ਖਿਲਾ ਕੇ ਦਿਖਾ ਲੇ, ਜੇ ਰੱਬ ਦਾ ਲਿਖਿਆ ਹੋਇਆ ਖਾਈਦਾ ਫਿਰ ਰੱਬ ਖਿਲਾ ਕੇ ਵਿਖਾਵੇ। ਕਹਿੰਦਾ, ਸਵੇਰ ਤੋਂ ਲੈ ਕੇ ਰਾਤ ਤੱਕ ਮੈਂ ਕੋਈ ਅੰਨ ਜਲ ਮੂੰਹ 'ਚ ਨਹੀਂ ਪਾਵਾਂਗਾ, ਜੇ ਰੱਬ ਨੇ ਲਿਖਿਆ ਹੋਇਆ ਫਿਰ ਰੱਬ ਖਿਲਾ ਕੇ ਦਿਖਾ ਲਵੇ। ਚਲੋ ਉਹਨੇ ਇੱਕ ਕਮਿਟਮੈਂਟ ਕਰ ਲਈ। ਸਾਧੂ ਨੇ ਕਿਹਾ, ਭਾਈ ਜੇ ਤਾਂ ਲਿਖਿਆ ਹੋਇਆ ਫਿਰ ਤਾਂ ਖਾਣਾ ਪੈਣਾ, ਜੇ ਨਾ ਲਿਖਿਆ ਹੋਇਆ ਮੇਰਾ ਤਾਂ ਵੀ ਵਿਸ਼ਵਾਸ ਹੈ ਜੇ ਨਹੀਂ ਲਿਖਿਆ ਹੋਇਆ ਫਿਰ ਤੈਨੂੰ ਕੋਈ ਖਿਲਾ ਨਹੀਂ ਸਕਦਾ, ਮੇਰਾ ਦੋਵਾਂ ਹਾਲਾਤਾਂ ਵਿੱਚ ਵਿਸ਼ਵਾਸ ਰਹਿਣਾ। ਇੱਕ ਚੀਜ਼ ਧਿਆਨ ਵਿੱਚ ਰੱਖਿਓ, ਰੱਬ ਨੂੰ ਮੰਨਣ ਵਾਲਾ ਦੋਵਾਂ ਹਾਲਾਤਾਂ ਵਿੱਚ ਮੰਨਦਾ, ਇਹ ਨਹੀਂ ਵੀ ਸੁੱਖ ਵੇਲੇ ਮੰਨਦਾ ਦੁੱਖ ਵੇਲੇ ਨਹੀਂ ਮੰਨਦਾ। ਸਾਧੂ ਨੇ ਕਿਹਾ, ਜੇ ਤੈਨੂੰ ਰੱਬ ਨੇ ਖਿਲਾਉਣਾ ਮੈਂ ਤਾਂ ਵੀ ਮੰਨਦਾ ਵੀ ਉਹਨੇ ਲਿਖਿਆ ਹੋਇਆ ਤਾਂ ਖਿਲਾਉਣਾ, ਜੇ ਨਹੀਂ ਤੂੰ ਖਾਧਾ ਮੈਨੂੰ ਤਾਂ ਵੀ ਵਿਸ਼ਵਾਸ ਰਹਿਣਾ। ਪਤਾ ਕਿਉਂ? ਮੈਂ ਇੱਧਰੋਂ ਵਿਸ਼ਵਾਸ ਰੱਖਣਾ ਵੀ ਲਿਖਿਆ ਨਹੀਂ ਹੋਣਾ ਤੇਰੇ ਭਾਗਾਂ 'ਚ ਵੀ ਉਹਨੇ, ਇਹ ਤਾਂ ਸਭ ਕੁਝ ਹੋਇਆ, ਕਿਉਂਕਿ ਨਾਮ ਜਪਣ ਦੇ ਨਾਲ ਤੁਹਾਡੇ ਥੋਟ ਜਿਹੜੇ ਵਿਚਾਰਾਂ ਜਿਹੜੀਆਂ ਨੇ ਉਹ ਪੋਜ਼ਿਟਿਵ ਹੋ ਜਾਂਦੀਆਂ ਨੇ ਰੱਬ ਦੇ ਪ੍ਰਤੀ। ਹੋਰ ਬੰਦਗੀ ਦਾ ਬਾਣੀ ਪੜ੍ਹਨ ਦਾ ਕੋਈ ਐਂ ਨਹੀਂ ਮਕਸਦ ਵੀ ਫਲਾਨਾ ਬੰਦਾ ਨਾਮ ਜਪ ਰਿਹਾ ਉਹ ਤੁਹਾਡੇ ਨਾਲੋਂ ਅਲੱਗ ਹੈ, ਤੁਹਾਡੇ ਅਤੇ ਉਹਦੇ 'ਚ ਫਰਕ ਇੱਕੋ ਹੀ ਹੈ, ਜਪਣ ਵਾਲੇ ਦੀ ਵਿਚਾਰ ਜਿਹੜੀ ਹੈ ਉਹ ਪੋਜ਼ਿਟਿਵ ਹੋਣ ਲੱਗ ਪੈਂਦੀ ਰੱਬ ਵੱਲ ਦੇ ਪਾਸੇ। ਜਿਹੜਾ ਰੱਬ ਨੂੰ ਨਹੀਂ ਮੰਨਦਾ ਉਹਦੀ ਵਿਚਾਰ ਨੈਗੇਟਿਵ ਜਾਣ ਲੱਗ ਪੈਂਦੀ, ਉਹਨੇ ਹਰ ਗੱਲ ਵਿੱਚ ਕਹਿਣਾ ਇਹ ਵੀ ਨਹੀਂ ਹੋ ਸਕਦਾ, ਇਹ ਤਾਂ ਮੈਂ ਕੀਤਾ ਤਾਂ ਹੋਇਆ, ਜੇ ਮੈਂ ਫੋਨ ਹੀ ਨਾ ਕਰਦਾ ਤਾਂ ਕਿਵੇਂ ਹੋ ਜਾਂਦਾ, ਜੇ ਮੈਂ ਗੱਡੀ ਚਲਾਵਾਂ ਹੀ ਨਾ ਫਿਰ ਕਿਵੇਂ ਚੱਲ ਪੈਂਦੀ। ਉਹਨੂੰ ਪੁੱਛੋ, ਕਈ ਵਾਰ ਤੁਸੀਂ ਚਲਾਉਂਦੇ ਹੋ ਤੇ ਨਹੀਂ ਚੱਲਦੀ ਫਿਰ ਕੀ ਕਰੋਗੇ? ਐਂ ਵੀ ਰੱਬ ਦੇ ਹੁਕਮ ਵਿੱਚ ਹੈ।
ਇਸ ਲਈ ਸਾਧ ਸੰਗਤ ਜਪਣ ਨਾਲ, ਬਾਣੀ ਪੜ੍ਹਨ ਨਾਲ, ਰੱਬ ਨੂੰ ਮੰਨਣ ਨਾਲ, ਜਿਹਨੂੰ ਆਸਥਾ ਕਹਿੰਦੇ ਆਪਾਂ, ਆਸਥਕ ਹੋਣ ਦੇ ਨਾਲ ਕੀ ਹੁੰਦਾ, ਤੁਹਾਡੀ ਵਿਚਾਰ ਪੋਜ਼ਿਟਿਵ ਹੋ ਜਾਂਦੀ ਹੈ, ਤੁਹਾਡੇ ਅੰਦਰ ਪੋਜ਼ਿਟਿਵ ਸੈਂਸ ਪੈਦਾ ਹੋਣ ਲੱਗ ਪੈਂਦੇ ਨੇ। ਜਿਹੜਾ ਥੌਟ ਨੈਗੇਟਿਵ ਹੋ ਜਾਏ, ਇਹਦਾ ਮਤਲਬ ਸਾਕਤ ਹੈ, ਰੱਬ ਵੱਲੋਂ ਮੁਨੱਕਰ ਹੋ ਜਾਓ, ਸਭ ਕੁਝ ਨੈਗੇਟਿਵ ਹੋਣ ਲੱਗ ਪੈਣਾ। ਤੁਹਾਡੀ ਜ਼ਿੰਦਗੀ ਦਾ ਤਜ਼ਰਬਾ ਰਹਿਣਾ, ਮਨ ਦੇ ਅੰਦਰ ਧਾਰ ਕੇ ਰੱਖੋ ਵੀ ਸਾਡੇ ਗੁਆਂਢੀ ਸਾਨੂੰ ਕੁਛ ਕਰੀ ਜਾਂਦੇ ਆ, ਇੱਦਾਂ ਮਨ 'ਚ ਆ ਜਾਵੇ ਵੀ ਗੁਆਂਢੀਆਂ ਨੇ ਕੁਛ ਕੀਤਾ ਹੋਇਆ, ਤੁਹਾਡੀ ਵਿਚਾਰ 24 ਘੰਟੇ ਨੈਗੇਟਿਵ ਰਹਿਣ ਲੱਗ ਪੈਣੀ ਹੈ। ਉਹ ਗੇਟ ਧੋ ਕੇ ਪਾਣੀ ਵੀ ਬਾਹਰ ਸੁੱਟਣਗੇ, ਤੁਹਾਨੂੰ ਐਂ ਲੱਗੇਗਾ ਵੀ ਕੁਛ ਕਰਤਾ, ਨਹੀਂ ਤਾਂ ਧੋਂਦੇ ਤਾਂ ਅੱਗੇ ਵੀ ਨੇ, ਨਹੀਂ ਮੰਨਦੇ ਨੇ। ਇਹ ਸਾਧ ਸੰਗਤ ਜੇ ਭਰਮ ਵੱਧਦਾ ਜਾਵੇ ਤਾਂ ਮਾਨਸਿਕ ਰੋਗ ਪੈਦਾ ਹੁੰਦਾ, ਜਿਹਨੂੰ ਮਾਨਸਿਕ ਰੋਗ ਪੈਦਾ ਹੋ ਜਾਏ ਉਹਦੇ ਡਿਪਰੈਸ਼ਨ ਵਿੱਚ ਜਾਣ ਦਾ ਖਤਰਾ ਰਹਿੰਦਾ। ਅੱਜ ਵਿਦੇਸ਼ਾਂ ਵਿੱਚ ਆਪਣੇ ਦੇਸ਼ ਦੇ ਮੁਕਾਬਲੇ ਬਾਹਰਲੀਆਂ ਕੰਟਰੀਆਂ ਵਿੱਚ 65% ਲੋਕ ਜਿਹੜੇ ਨੇ ਡਿਪਰੈਸ਼ਨ ਦੇ ਮਰੀਜ਼ ਨੇ, ਇੱਥੇ ਨਹੀਂ ਇੰਨੇ ਹੈ, ਬਾਹਰਲੀਆਂ ਕੰਟਰੀਆਂ ਵਿੱਚ ਹੈ, ਕਿਉਂਕਿ ਵਿਚਾਰ ਜਿਹੜੀ ਹੈ ਨਾ ਉਹ ਨੈਗੇਟਿਵ ਹੋ ਗਈ ਹੈ, ਹਰ ਗੱਲ ਦੀ ਵਿਚਾਰ ਨੈਗੇਟਿਵ ਹੋ ਗਈ। ਜਦੋਂ ਵਿਚਾਰ ਅੰਦਰ ਥੌਟ ਨੈਗੇਟਿਵ ਆਉਣ ਲੱਗ ਜਾਣ, ਤੁਹਾਨੂੰ ਐਂ ਲੱਗਦਾ ਵੀ ਦੋ ਬੰਦੇ ਖੜ੍ਹੇ ਨੇ ਤੁਹਾਡੇ ਘਰ ਦੇ ਹੋਣ, ਰਿਸ਼ਤੇਦਾਰ ਹੋਣ, ਇਹ ਮਹਿਸੂਸ ਹੋਣਾ ਇਹ ਮੇਰੀਆਂ ਗੱਲਾਂ ਕਰਦੇ ਨੇ, ਕੋਲ ਜਾਓਗੇ ਉਹ ਚੁੱਪ ਕਰ ਗਏ, ਫਿਰ ਮਨ 'ਚ ਆਉਣਾ ਮੇਰੇ ਕਰਕੇ ਚੁੱਪ ਕਰ ਗਏ, ਜੇ ਉਹ ਹੱਸ ਰਹੇ ਨੇ ਕਹੋਗੇ ਮੇਰੀ ਗੱਲ 'ਤੇ ਹੱਸਦੇ ਹੋਣੇ ਆ, ਇਹ ਸਭ ਕੁਝ ਨੈਗੇਟਿਵ ਥੌਟ ਅੰਦਰ ਆਉਣ ਲੱਗ ਪੈਂਦੇ, ਇਹਨੂੰ ਡਿਪਰੈਸ਼ਨ ਕਹਿੰਦੇ ਨੇ। ਔਰ ਸਾਧ ਸੰਗਤ, ਡਿਪਰੈਸ਼ਨ ਵਿੱਚੋਂ, ਨੈਗੇਟਿਵ ਥੌਟ 'ਚੋਂ ਕੱਢਣ ਦੀ ਸਭ ਤੋਂ ਬੈਸਟ ਥੈਰੇਪੀ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਫਿਲੋਸਫੀ ਹੈ, ਜਿੱਦਣ ਬਾਣੀ ਪੜ੍ਹਨ ਲੱਗ ਜਾਓਗੇ ਤੁਹਾਡੀ ਵਿਚਾਰ ਪੋਜ਼ਿਟਿਵ ਹੋ ਜਾਏਗੀ, ਇੰਨਾ ਸਭ ਕੁਝ ਆ ਜਾਏਗਾ ਕਿ ਉਹਦੇ ਹੁਕਮ ਵਿੱਚ ਹੋ ਰਿਹਾ। ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਅੰਗ ਦੀ ਪਹਿਲੀ ਪੰਕਤੀ ਤੁਹਾਨੂੰ ਇਹਦੇ 'ਚੋਂ ਬਾਹਰ ਕੱਢ ਦੇਗੀ, ਜਦੋਂ ਰੋਜ਼ ਪੜ੍ਹੋਗੇ, ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ, ਸਭ ਕੁਝ ਉਹਦੇ ਹੁਕਮ 'ਚ ਹੈ, ਤੁਸੀਂ ਨਿਕਲ ਗਏ ਆਪਣੇ ਭਰਮ 'ਚੋਂ। ਪੜ੍ਹੋ ਇੱਕ ਵਾਰ ਆਪਣੇ ਮਨ ਨੂੰ ਪੜ੍ਹਾਓ, ਹੁਕਮ ਅੰਦਰ ਸਭ ਕੋ ਵਾਹਰ ਹੁਕਮ ਨ ਕੋਏ, ਹੁਕਮ ਅੰਦਰ ਸਭ ਵਾਹਰ ਹੁਕਮ ਨ, ਹੁਕਮ ਅੰਦਰ ਸਭ ਕੋ ਵਾਹਰ ਹੁਕਮ ਨ ਕੋਏ, ਹੁਕਮ ਅੰਦਰ ਵਾਹਰ ਹੁਕਮ ਨ, ਨਾਨਕ ਹੁਕਮ ਜੇ ਬੁਝੈ ਤਾਂ ਹਮ ਕਹੈ ਨ ਕੋਇ। ਤੁਹਾਡੀ ਈਗੋ ਮੁੱਕ ਜਾਏਗੀ ਜਦੋਂ ਇਹ ਸਮਝ ਆ ਜਾਵੇ ਉਹਦੇ ਹੁਕਮ ਵਿੱਚ ਹੈ। ਉਹ ਬੰਦੇ ਨੇ ਸਾਧੂ ਨੂੰ ਕਿਹਾ, ਕਹਿੰਦਾ ਲਓ ਮੈਂ ਅੰਨ ਜਲ ਛੱਡਿਆ, ਦਿਨ ਚੜ੍ਹਨ ਤੋਂ ਰਾਤੀ ਸੂਰਜ ਡੁੱਬਣ ਤੱਕ ਮੈਂ ਨਹੀਂ ਖਾਵਾਂਗਾ, ਰੱਬ ਮੈਨੂੰ ਖੜਾ ਕੇ ਦਿਖਾ ਲਏ ਜੇ ਫਿਰ ਰੱਬ ਨੇ ਲਿਖਿਆ। ਸਾਧੂ ਹੱਸ ਕੇ ਬੋਲਿਆ, ਭਾਈ ਤੈਨੂੰ ਰੱਬ ਖਿਲਾਵੇ ਨਾ ਖਿਲਾਵੇ, ਮੇਰੀ ਵਿਚਾਰ ਪੋਜ਼ਿਟਿਵ ਹੀ ਰਹਿਣੀ ਹੈ, ਜੇ ਤੈਨੂੰ ਖਿਲਾਇਆ ਤਾਂ ਵੀ ਮੈਂ ਮੰਨਾਂਗਾ ਰੱਬ ਨੇ ਲਿਖਿਆ ਹੋਇਆ ਸੀ, ਜੇ ਤੈਨੂੰ ਨਹੀਂ ਖਿਲਾਇਆ ਤਾਂ ਵੀ ਮੰਨਾਂਗਾ ਰੱਬ ਨੇ ਨਹੀਂ ਲਿਖਿਆ ਸੀ, ਰੱਬ ਦੇ ਹੁਕਮ ਵਿੱਚ ਹੈ, ਤੇਰੇ ਭਾਗਾਂ 'ਚ ਲਿਖਿਆ ਨਹੀਂ ਸੀ ਖਾਣਾ, ਚਲੋ ਫਿਰ ਵੀ ਤੇਰੇ ਪਰਤਾਵੇ ਵਾਸਤੇ ਰੱਬ ਨੇ ਜੋ ਵਰਤਾਉਣਾ ਹੁਣ ਵੇਖਦੇ ਹਾਂ। ਉਹਨੇ ਸਵੇਰੇ ਅੰਨ ਜਲ ਛੱਡ ਦਿੱਤਾ, ਸਵੇਰ ਤੋਂ ਦੁਪਹਿਰ ਤੱਕ ਘਰ ਬੈਠਾ ਰਿਹਾ, ਨਾ ਕੋਈ ਪਾਣੀ, ਨਾ ਕੋਈ ਭੋਜਨ, ਨਾ ਕੋਈ ਪ੍ਰਸ਼ਾਦਾ। ਜਦੋਂ ਦੁਪਹਿਰ ਹੋਈ, ਹੁਣ ਸਰੀਰ ਹੈ, ਭੁੱਖ ਤਾਂ ਮਹਿਸੂਸ ਹੁੰਦੀ ਹੈ,
ਜਦੋਂ ਉਹਨੇ ਚੁੱਲ੍ਹੇ 'ਤੇ ਸਭ ਕੁਝ ਰਸੋਈ 'ਚ ਬਣਦਾ ਵੇਖਿਆ, ਮਹਿਕ ਆਉਣ ਲੱਗ ਪਈ, ਘਰ ਦੇ ਤਾਂ ਭੋਜਨ ਖਾ ਰਹੇ ਨੇ, ਮਨ ਚਾਹਿਆ ਦੂਜਿਆਂ ਵੱਲ ਵੇਖ ਕੇ ਦਿਲ ਕਰਦਾ ਵੀ ਮੈਂ ਭੋਜਨ ਖਾਵਾਂ, ਇਹਦੇ ਨਾਲੋਂ ਚੰਗਾ ਘਰ ਤੋਂ ਥੋੜ੍ਹਾ ਜਿਹਾ ਬਾਹਰ ਨਿਕਲ ਜਾਵਾਂ, 2-4, 5-6 ਘੰਟੇ ਬਾਹਰ ਘੁੰਮ ਕੇ ਆਵਾਂ, ਨਾ ਰੋਟੀ ਸਾਹਮਣੇ ਨਜ਼ਰ ਆਵੇ, ਨਾ ਮੈਨੂੰ ਭੁੱਖ ਲੱਗੇ, ਨਾ ਮੈਨੂੰ ਸਾਹਮਣੇ ਭੋਜਨ ਨਜ਼ਰ ਆਵੇ, ਨਾ ਮੇਰਾ ਮਨ ਲਲਚੇ। ਸਾਧ ਸੰਗਤ, ਆ ਬੀਬੀਆਂ ਜਿਹੜੀਆਂ ਵਰਤ ਰੱਖਦੀਆਂ, ਪੁੱਛ ਕੇ ਵੇਖੋ, ਬਹੁਤ ਔਖਾ ਆ ਵਿਚਾਰੀਆਂ ਲਈ, ਔਖਾ ਹੀ ਆ ਨਾ ਬਈ, ਲੁਕ ਲੁਕ ਕੇ ਰਹਿੰਦੀਆਂ, ਮਨ ਉੱਧਰਲੇ ਪਾਸੇ ਪਾਉਣਾ, ਚਲੋ ਕੋਈ ਮੋਬਾਈਲ 'ਤੇ ਟਾਈਮ ਵੇਸਟ ਕਰੋ, ਫਿਰ ਘਰ ਵਾਲੇ ਨਾਲ ਲੜਨ ਗਈਆਂ, ਮੈਂ ਇੱਥੇ ਤੇਰਾ ਸਿਆਪਾ ਕਰੀ ਜਾਂਦੀ, ਮੈਨੂੰ ਸ਼ਹਿਰ ਘੁੰਮਾ ਕੇ ਲਿਆ, ਕਿਉਂਕਿ ਧਿਆਨ ਜੂ ਰੋਟੀ ਵੱਲ ਜਾਈ ਜਾਂਦਾ। ਇਹ ਵਰਤ ਨਹੀਂ ਹੋ ਸਕਦਾ, ਇਹਨੂੰ ਵੀ ਕੋਈ ਵਰਤ ਕਹਿੰਦਾ? ਚਲੋ ਜਿਨ੍ਹਾਂ ਦਾ ਧਰਮ ਇਜਾਜ਼ਤ ਦਿੰਦਾ ਰੱਖਣ, ਪਰ ਵੈਸੇ ਮੈਡੀਕਲ ਸਾਇੰਸ ਕਹਿੰਦੀ ਹੈ ਸਰੀਰ ਦੀ ਤੰਦਰੁਸਤੀ ਵਾਸਤੇ ਊਂ ਹਫ਼ਤੇ 10 ਦਿਨ ਥੋੜ੍ਹਾ ਛੱਡ ਦਿਉ ਦੋ ਡੰਗ ਭੋਜਨ। ਅਤੇ ਮਾਫ਼ ਕਰਿਓ ਵੀ ਜੇ ਐਂ ਉਮਰ ਵੱਧਦੀ ਹੋਵੇ, ਮੈਂ ਸਿੱਖ ਬੀਬੀਆਂ ਨੂੰ ਕਹਿ ਰਿਹਾ, ਤਾਂ ਫਿਰ ਤਾਂ ਇਹ ਕੋਈ ਇੰਸ਼ੋਰੈਂਸ ਥੋੜ੍ਹੀ ਹੈ ਵੀ ਸਾਲ ਵਾਸਤੇ ਹੋ ਗਏ, ਇੱਕ ਦਿਨ ਛੱਡ ਕੇ ਭੋਜਨ ਸਾਲ ਵਾਸਤੇ ਇੰਸ਼ੋਰੈਂਸ ਪੱਕੀ ਹੋ ਗਈ। ਨਹੀਂ, ਖੈਰ ਉਹ ਬੰਦਾ ਲੁੱਕ ਕੇ ਰਹਿਣ ਲੱਗ ਪਿਆ, ਕਹਿੰਦਾ ਨਾ ਮੈਂ ਭੋਜਨ ਦੇ ਸਾਹਮਣੇ ਜਾਵਾਂ ਨਾ ਭੁੱਖ ਲੱਗੇ, ਨਾ ਰਸੋਈ ਦੇ ਸਾਹਮਣੇ ਜਾਵਾਂ ਨਾ ਭੁੱਖ ਲੱਗੇ। ਉਹਨੇ ਭੋਜਨ ਛੱਡਿਆ, ਘਰ ਤੋਂ ਨਿਕਲ ਗਿਆ, 5-6 ਘੰਟੇ ਘਰੇ ਨਹੀਂ ਬਣਨਾ, ਕਹਿੰਦਾ ਆਪੇ ਨਹੀਂ ਭੁੱਖ ਲੱਗੀ, ਅੱਜ ਮੈਂ ਖਾਣਾ ਨਹੀਂ, ਰੱਬ ਖਿਲਾ ਕੇ ਵਿਖਾਵੇ। ਦੇਖੋ ਰੱਬ ਨੂੰ ਚੈਲੰਜ ਕਰਦਾ, ਜੇ ਲਿਖਿਆ ਹੋਇਆ, ਕਹਿੰਦਾ ਫਿਰ ਰੱਬ ਖਿਲਾ ਕੇ ਵਿਖਾਵੇ। ਘਰੋਂ ਨਿਕਲ ਗਿਆ, ਜੰਗਲ ਵਿੱਚ ਚਲਾ ਗਿਆ, ਆਰਾਮ ਨਾਲ ਠੰਡੀ ਹਵਾ ਜੰਗਲ ਵਿੱਚ ਵਗ ਰਹੀ ਹੈ, ਸ਼ਾਮੇ ਜਾ ਕੇ ਬਹਿ ਗਿਆ। ਕਹਿੰਦਾ ਸ਼ਾਮ ਤੱਕ ਨਹੀਂ ਘਰ ਜਾਣਾ, ਨਾ ਰੋਟੀ ਖਾਣੀ, ਅੱਜ ਮੈਂ ਜਿੱਦ ਫੜ ਲਈ ਵੀ ਰੱਬ ਖਿਲਾ ਕੇ ਵਿਖਾਵੇ ਰੋਟੀ। ਅੱਜ ਰੱਬ ਨੇ ਜੇ ਲਿਖਿਆ, ਜੇ ਰੱਬ ਹੀ ਲਿਖਦਾ ਨਾ, ਫਿਰ ਰੱਬ ਖਿਲਾ ਕੇ ਵਿਖਾਵੇ। ਕਹਿੰਦੇ ਜੰਗਲ ਵਿੱਚ ਬਹਿ ਗਿਆ ਦਰਖਤ ਦੀ ਸ਼ਾਮੇ, ਆਰਾਮ ਨਾਲ ਠੰਡੀ ਹਵਾ ਵਗ ਰਹੀ ਹੈ, ਢਾਸਣਾ ਲਾ ਕੇ ਸੌਣ ਦੀ ਕੋਸ਼ਿਸ਼ ਕੀਤੀ, ਪਰ ਕਈ ਵਾਰ ਭੁੱਖ ਵਿੱਚ ਨੀਂਦ ਵੀ ਨਹੀਂ ਆਉਂਦੀ। ਥੋੜ੍ਹੀ ਦੇਰ ਬਹਿ ਕੇ ਫਿਰ ਜੰਗਲ ਵਿੱਚ ਟਹਿਲਣ ਲੱਗ ਪਿਆ, ਤੁਰਦਿਆਂ 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 20 ਦਰਖਤ 25 ਦਰਖਤ ਲੰਘਦਿਆਂ ਲੰਘਦਿਆਂ ਅੱਗੇ ਜੰਗਲ ਵਿੱਚ ਲੰਘ ਗਿਆ। ਹੈਰਾਨੀ ਦੀ ਹੱਦ ਨਾ ਰਹੀ, ਅੱਗੇ ਇੱਕ ਸੰਘਣੇ ਦਰਖਤ ਦੀ ਛਾਂ ਆਈ, ਦਰਖਤ ਦੇ ਥੱਲਿਓਂ ਕਿਸੇ ਨੇ ਸਾਫ਼ ਕੀਤਾ ਹੋਇਆ, ਉਸ ਜਗ੍ਹਾ ਉੱਤੇ ਭੋਜਨ ਦੇ 2 ਡੱਬੇ ਬਣੇ ਪਏ ਨੇ, ਇੱਕ ਡੱਬੇ ਵਿੱਚ ਚੌਲ ਹੈ, ਦੂਜੇ 'ਚ ਕੜੀ ਸਬਜ਼ੀ ਪਈ ਹੈ, ਭੋਜਨ ਪ੍ਰਸ਼ਾਦਾ। ਹੈਰਾਨ ਹੋ ਗਿਆ, ਇਹ ਕੀ ਰੱਬ ਦੀ ਖੇਡ ਹੈ, ਜੰਗਲ ਵਿੱਚ ਕੋਈ ਭੋਜਨ ਰੱਖ ਗਿਆ? ਕਹਿੰਦੇ ਨੇ ਜਦੋਂ ਉਹਨੇ ਭੋਜਨ ਦੇ ਉਹ ਭਰੇ ਹੋਏ ਟਿਫਨ ਵੇਖੇ, ਮਨ 'ਚ ਖਿਆਲ ਆਇਆ ਵੀ ਇੱਥੇ ਕੌਣ ਰੱਖ ਗਿਆ। ਉੱਥੋਂ ਜੰਗਲ ਵਿੱਚੋਂ ਲੰਘਦਿਆਂ ਕੋਈ ਰਾਹਗੀਰ ਮੁਸਾਫਰ ਬਹਿ ਕੇ ਭੋਜਨ ਛਕਣ ਲੱਗੇ, ਉਹਨਾਂ ਨੂੰ ਪਿੱਛੋਂ ਚੋਰਾਂ ਦੇ ਡਾਕੂਆਂ ਦੇ ਘੋੜਿਆਂ ਦੇ ਪੌੜਾਂ ਦੀ ਆਵਾਜ਼ ਆਈ, ਉਹ ਭੋਜਨ ਛੱਡ ਕੇ ਭੱਜ ਗਏ। ਉਹ ਭੋਜਨ ਕੱਲਾ ਬਣਿਆ ਉੱਥੇ ਪਿਆ ਸੀ, ਇੱਕ ਦਿਨ ਦਾ ਪੁਰਾਣਾ, ਉੱਥੇ ਟਿਫਨ ਖੁੱਲ੍ਹਿਆ ਪਿਆ ਭੋਜਨ ਦਾ, ਇੱਦਾਂ ਹੀ ਚਾਵਲ ਪਏ ਨੇ, ਇੱਦਾਂ ਹੀ ਰੋਟੀਆਂ ਸਬਜ਼ੀਆਂ ਪਈਆਂ ਨੇ। ਉਹ ਮੁਸਾਫਰ ਭੱਜ ਗਏ, ਇਹਨੇ ਵੇਖਿਆ ਕੱਲਾ ਵਿਆਹ ਭੋਜਨ ਹੈ, ਲੱਗਦਾ ਕੋਈ ਛੱਡ ਕੇ ਚਲਾ ਗਿਆ। ਉੱਥੇ ਅਜੇ ਬੈਠਿਆਂ 10 ਮਿੰਟ ਹੋਏ, ਇੰਨੇ ਨੂੰ ਘੋੜਿਆਂ ਦੇ ਪੌੜਾਂ ਦੀ ਫਿਰ ਆਵਾਜ਼ ਆਈ, ਜੰਗਲ ਵਿੱਚ ਰਹਿੰਦੇ ਡਾਕੂ ਕਹਿੰਦੇ ਫਿਰ ਉੱਧਰ ਆ ਗਏ। ਇਹ ਭੱਜ ਕੇ 2 ਦਰਖਤ ਛੱਡ ਕੇ ਲੁੱਕ ਗਿਆ ਪਿੱਛੇ, ਡਾਕੂ ਉੱਥੋਂ ਲੰਘੇ ਰੁਕ ਗਏ। ਉਹਨਾਂ ਕਿਹਾ ਸਰਦਾਰ, ਆ ਭੋਜਨ ਕਿਸੇ ਦਾ ਪਿਆ? ਕੋਈ ਇਸ ਜਗ੍ਹਾ ਉੱਤੇ ਚੌਲ ਕੜੀ ਭੋਜਨ ਬਣਿਆ ਹੋਇਆ ਛੱਡ ਗਿਆ? ਉਹਨੇ ਕਿਹਾ ਵੇਖੋ, ਖਰਾਬ ਤਾਂ ਨਹੀਂ, ਖਾਣ ਦੇ ਯੋਗ ਹੈ। ਉਹਨੇ ਕਿਹਾ ਜੀ, ਖਾਣ ਦੇ ਯੋਗ ਤਾਂ ਹੈ, ਪਰ ਖਾਣ ਤੋਂ ਪਹਿਲਾਂ ਇਹ ਤਾਂ ਪਤਾ ਕਰੀਏ ਵੀ ਰੱਖਿਆ ਕਿਹਨੇ।
ਉਹ ਡਾਕੂਆਂ ਦੇ ਸਰਦਾਰ ਨੂੰ ਨਾਲ ਦੇ ਡਾਕੂ ਕਹਿੰਦੇ ਵੀ ਕਿਹਨੇ ਰੱਖਿਆ, ਇਹ ਪਤਾ ਰੱਖਣਾ ਚਾਹੀਦਾ, ਹੋ ਸਕਦਾ ਕਿਸੇ ਨੇ ਵਿੱਚ ਜ਼ਹਿਰ ਮਲਾਈ ਹੋਵੇ, ਸਾਡੇ ਵਾਸਤੇ ਰੱਖ ਦਿੱਤਾ ਹੋਵੇ, ਵੀ ਜਦੋਂ ਡਾਕੂ ਖਾਣਗੇ ਜ਼ਹਿਰ ਵਾਲਾ ਭੋਜਨ ਖਾ ਕੇ ਮਰ ਜਾਣਗੇ, ਕੀ ਪਤਾ ਸਾਡੇ ਵਾਸਤੇ ਕੋਈ ਕੱਲ੍ਹ ਦਾ ਰੱਖ ਗਏ, ਇੱਥੇ ਇਹ ਚਾਵਲ ਬਣੇ ਹੋਏ ਸਾਡੇ ਲਈ ਕੋਈ ਧਰ ਗਿਆ। ਤਾਂ ਉਹ ਡਾਕੂਆਂ ਦਾ ਸਰਦਾਰ ਬੋਲਿਆ, ਕਹਿੰਦਾ ਆਲੇ ਦੁਆਲੇ ਲੱਭੋ ਫਿਰ ਸ਼ਾਇਦ ਕੋਈ ਬੰਦਾ ਹੋਏਗਾ, ਜੇ ਸਾਡੇ ਲਈ ਰੱਖਿਆ ਨਾ ਤਾਂ ਉਹ ਇਸ ਤਾਕ ਵਿੱਚ ਬੈਠਾ ਹੋਏਗਾ, ਜਦੋਂ ਡਾਕੂ ਖਾਣਗੇ ਜ਼ਹਿਰ ਵਾਲਾ ਭੋਜਨ ਖਾ ਕੇ ਮਰ ਜਾਣਗੇ, ਲੱਭੋ ਕੋਈ ਬੰਦਾ ਆਲੇ ਦੁਆਲੇ ਹੋਣੇ। ਉਹ ਡਾਕੂ ਲੱਭਣ ਲੱਗ ਪਏ, ਕਹਿੰਦੇ ਲੱਭਦਿਆਂ ਲੱਭਦਿਆਂ ਉਹ ਬੰਦਾ ਹੱਥ ਆ ਗਿਆ। ਜਦੋਂ ਬੰਦਾ ਹੱਥ ਆਇਆ ਉਹਨੂੰ ਫੜ ਕੇ ਡਾਕੂ ਦੇ ਸਾਹਮਣੇ ਪੇਸ਼ ਕਰ ਦਿੱਤਾ ਡਾਕੂਆਂ ਦੇ ਸਰਦਾਰ ਦੇ। ਕਹਿੰਦੇ ਜੀ ਆਹ ਬੰਦਾ ਲੁਕਿਆ ਬੈਠਾ ਸੀ। ਕਹਿੰਦੇ ਭਾਈ ਆਹ ਭੋਜਨ ਤੂੰ ਰੱਖਿਆ? ਉਹ ਕਹਿੰਦਾ ਜੀ ਮੈਂ ਨਹੀਂ ਰੱਖਿਆ। ਕਹਿੰਦਾ ਤੂੰ ਰੱਖਿਆ ਹੋਣਾ, ਤਾਈਓ ਤਾਂ ਸਾਨੂੰ ਲੁੱਕ ਕੇ ਵੇਖ ਰਿਹਾ, ਅਸੀਂ ਭੋਜਨ ਖਾਈਏ ਅਤੇ ਚ ਜ਼ਹਿਰ ਹੋਏਗੀ, ਅਸੀਂ ਭੋਜਨ ਖਾ ਕੇ ਮਰ ਜਾਂਗੇ, ਤੂੰ ਤਾਈਓ ਵੇਖ ਰਿਹਾ, ਸੱਚੋ ਸੱਚ ਦੱਸ ਕਿਹਨੇ ਰੱਖਿਆ? ਉਹ ਕਹਿੰਦਾ ਜੀ ਮੈਂ ਨਹੀਂ ਰੱਖਿਆ, ਮੈਂ ਤਾਂ ਹੁਣੇ ਹੀ ਆਇਆ। ਡਾਕੂਆਂ ਦਾ ਸਰਦਾਰ ਬੋਲਿਆ, ਕਹਿੰਦਾ ਪਹਿਲਾਂ ਇਹਨੂੰ ਖਿਲਾਓ, ਜੇ ਜ਼ਹਿਰ ਹੋਏਗੀ ਇਹ ਮਰੇਗਾ, ਖਾਵੇ ਬਹਿ ਕੇ। ਉਹ ਕਹਿੰਦਾ ਜੀ ਮੈਂ ਨਹੀਂ ਖਾਣਾ, ਮੈਂ ਤਾਂ ਸਵੇਰ ਤੋਂ ਛੱਡਿਆ ਹੋਇਆ। ਕਹਿੰਦੇ ਤੈਨੂੰ ਖਾਣਾ ਪੈਣੇ। ਡਾਕੂਆਂ ਨੇ ਨਾਲੇ ਦੋ ਦੋ ਚਾਰ ਚਾਰ ਲਫੇੜੇ ਛੱਡੇ, ਨਾਲੇ ਉਹਨੂੰ ਚੌਲ ਅਤੇ ਰੋਟੀ ਖਿਲਾਈ। ਉਹ ਉੱਥੋਂ ਖਾ ਕੇ ਡਾਕੂਆਂ ਕੋਲੋਂ ਮਾਰ ਖਾ ਕੇ ਸਿੱਧਾ ਹੀ ਸਾਧੂ ਕੋਲ ਗਿਆ, ਹੱਥ ਜੋੜ ਕੇ ਸਾਧੂ ਨੂੰ ਕਹਿੰਦਾ ਮਹਾਂਪੁਰਸ਼ੋ, ਜੇ ਭਾਗਾਂ 'ਚ ਰੱਬ ਨੇ ਲਿਖਿਆ ਹੋਵੇ ਨਾਲੇ ਥੱਪੜ ਵੀ ਮਾਰਦਾ ਅਤੇ ਨਾਲੇ ਖਿਲਾਉਂਦਾ ਵੀ ਹੈ, ਕਿਉਂਕਿ ਜੇ ਉਹਨੇ ਲਿਖਿਆ ਹੋਵੇ ਨਾ ਤੁਸੀਂ ਛੱਡ ਕੇ ਵੇਖੋ ਥੱਪੜ ਮਾਰ ਕੇ ਖਿਲਾਉਂਦਾ। ਇਸ ਲਈ ਜੋ ਭਾਗਾਂ 'ਚ ਲਿਖਿਆ ਹੋਇਆ, ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ ਜੋ ਭਾਗਾਂ 'ਚ ਲਿਖਿਆ ਉਹ ਖਾਣਾ ਪੈਂਦਾ, ਜੋ ਕਰਮਾਂ 'ਚ ਲਿਖਿਆ ਉਹ ਖਾਣਾ ਪਏਗਾ ਤੁਹਾਨੂੰ। ਜਿਸ ਵਕਤ ਦੀ ਰੋਟੀ ਜਿਹੜੀ ਜਗ੍ਹਾ 'ਤੇ ਲਿਖੀ ਹੈ ਉੱਥੇ ਤੁਹਾਨੂੰ ਪਹੁੰਚਣਾ ਪੈਂਦਾ। ਆ ਮੈਂ ਹੁਣ ਜਦੋਂ ਕੈਨੇਡਾ ਤੋਂ ਵਾਪਸ ਆਇਆ ਨਾ, ਮੇਰਾ 10 ਘੰਟੇ ਦਾ ਸਟੇ ਪੈ ਗਿਆ ਜਰਮਨ, ਤਾਂ ਮੈਂ ਫਰੈਂਕਫੋਰਟ ਏਅਰਪੋਰਟ 'ਤੇ ਇੰਤਜ਼ਾਰ ਵਿੱਚ ਸੀ। ਜਿਵੇਂ ਫਲਾਈਟ ਦਾ ਵਕਤ ਹੋਇਆ ਅਸੀਂ ਆਪਣੇ ਉਹ ਕੈਬਨ 'ਤੇ ਜਿੱਥੇ ਜਹਾਜ਼ ਲੱਗਦਾ ਉੱਧਰ ਗਏ, ਉੱਥੇ ਇੱਕ ਵੇਖਣ ਨੂੰ ਪੰਜਾਬੀ ਲੜਕੀ ਲੱਗਦੀ ਸੀ, ਉਹ ਰੋ ਰਹੀ ਸੀ। ਤਾਂ ਮੈਂ ਉਹਦੇ ਕੋਲ ਗਿਆ, ਉਹ ਵਾਕੇ ਹੈ ਪੰਜਾਬੀ ਪਰ ਹਰਿਆਣੇ ਦੀ ਰਹਿਣ ਵਾਲੀ ਸੀ। ਮੈਂ ਉਹਨੂੰ ਪੁੱਛਿਆ ਬੇਟਾ ਤੂੰ ਰੋ ਕਿਉਂ ਰਹੀ ਹੈ? ਉਹ ਹੋਰ ਰੋਣ ਲੱਗ ਪਈ। ਮੈਂ ਕਿਹਾ ਪੁੱਤ ਰੋਈ ਦਾ ਨਹੀਂ ਹੁੰਦਾ, ਹਰ ਮੁਸ਼ਕਲ ਦਾ ਹੱਲ ਹੈ ਦੁਨੀਆ ਵਿੱਚ, ਜਿਹੜੀ ਮੁਸ਼ਕਲ ਦਾ ਨਾ ਵੀ ਹੱਲ ਹੋਵੇ ਉਹਦਾ ਵੀ ਰੱਬ ਦੇ ਕੋਲ ਹੱਲ ਹੈ, ਬੰਦਿਆਂ ਕੋਲ ਹੱਲ ਨਾ ਵੀ ਹੋਵੇ ਰੱਬ ਦਾ ਨਾਮ ਸਭ ਮੁਸ਼ਕਲਾਂ ਦਾ ਹੱਲ ਕਰਦਾ। ਪੁੱਤ ਰੋ ਕਿਉਂ ਰਹੀ ਹੈ? ਉਹ ਕਹਿੰਦੀ ਅੰਕਲ ਜੀ ਮੈਂ ਨਾ ਕਨੇਡਾ ਜਾਣਾ ਸੀ, ਕਹਿੰਦੀ ਇੱਥੋਂ ਜਰਮਨ ਤੋਂ ਮੈਨੂੰ ਵਾਪਸ ਕਰਨ ਲੱਗੇ ਆ, ਸਵੇਰੇ ਕਨੇਡਾ ਦੀ ਫਲਾਈਟ ਸੀ ਉਹਦੀ, ਜਰਮਨ ਤੋਂ ਸਟੇ ਸੀ, ਇੱਥੋਂ ਵਾਪਸ ਕਰਨ ਲੱਗੇ ਕਿਉਂ? ਉਹ ਕਹਿੰਦੀ ਜਦੋਂ ਏਅਰ ਕਨੇਡਾ ਨੇ ਇੱਥੇ ਵੀਜ਼ਾ ਟੈਸਟ ਕੀਤਾ ਇੱਥੇ ਮੇਰਾ ਵੀਜ਼ਾ ਉਹ ਕਹਿੰਦੇ ਵੋਟ ਹੋ ਗਿਆ, ਕੈਂਸਲ ਹੋ ਗਿਆ, ਹੁਣ ਉਹਨਾਂ ਕਿਹਾ ਇੱਥੋਂ ਵਾਪਸ ਜਾ। ਇਸ ਨਾਲ ਗੱਲ ਕੀਤੀ ਉਹਨਾਂ ਦੁਆਰਾ, ਉੱਥੋਂ ਟਿਕਟ ਬਣਾਈ, ਉਹ ਵਾਪਸ ਆਈ। ਕਿਉਂ? ਉਹਦਾ ਰੀਜ਼ਨ ਵਿੱਚੋਂ ਲੱਭਣਗੇ। ਮੈਂ ਉਹ ਬੱਚੀ ਨੂੰ ਫਿਰ ਪਿਆਰ ਨਾਲ ਸ਼ਾਬਾਸ਼ ਦਿੱਤੀ, ਬੇਟਾ ਕੋਈ ਗੱਲ ਨਹੀਂ, ਹੌਸਲਾ ਨਾ ਛੱਡ, ਜੇ ਤੇਰੇ ਭਾਗਾਂ 'ਚ ਲਿਖਿਆ ਉਹਨੇ ਤੈਨੂੰ ਦੁਬਾਰਾ ਫਿਰ ਭੇਜ ਦੇਣਾ, ਜੇ ਕਰਮਾਂ 'ਚ ਲਿਖਿਆ ਮੈਂ ਧੁਰੋਂ ਕਨੇਡਾ ਤੋਂ ਆ ਕੇ ਫਿਰ ਦੁਬਾਰਾ ਬੰਦੇ ਜਾਂਦੇ ਵੇਖੇ ਨੇ, ਜਿਨ੍ਹਾਂ ਨੂੰ ਰਿਫਿਊਜ਼ਲ 7-7 ਵਾਰ ਲੱਗੀਆਂ ਸੀ ਉਹਨਾਂ ਨੂੰ ਗੁਰੂ ਨੇ ਕਿਰਪਾ ਕੀਤੀ, PR ਹੁੰਦੇ ਵੇਖੇ ਨੇ ਉੱਥੇ। ਇਹ ਤਾਂ ਅਕਾਲ ਪੁਰਖ ਵਾਹਿਗੁਰੂ ਦੀ ਖੇਡ। ਉਹ ਬੱਚੀ ਨੂੰ ਹੌਸਲਾ ਦਿੱਤਾ, ਕਿਉਂਕਿ ਉਹਦੇ ਫੰਡ ਜਿਹੜੇ ਸ਼ੋਅ ਕੀਤੇ ਸੀ ਏਜੰਟ ਨੇ ਕਢਾ ਲਏ, ਉਹਨਾਂ ਨੇ ਚੈੱਕ ਕਰ ਲਿਆ ਵਿੱਚੋਂ ਵੀਜ਼ਾ ਕੈਂਸਲ ਕਰ।
ਹੁਣ ਦੁਬਾਰਾ ਫੰਡ ਪਾਏਗੀ ਫਿਰ ਹੋ ਜਾਏਗਾ। ਇੱਦਾਂ ਇਸ ਤਰ੍ਹਾਂ ਦੁਨੀਆ ਦੇ ਅੰਦਰ ਜਿਹੜੇ ਵਕਤ ਦਾ ਭੋਜਨ ਜਿੱਥੇ ਲਿਖਿਆ, ਔਰ ਕਹਿੰਦੀ ਮੇਰੇ ਨਾਲ ਦੇ ਸਟੂਡੈਂਟ ਚੜ੍ਹ ਗਏ ਫਲਾਈਟ, ਮੈਨੂੰ ਵਾਪਸ ਭੇਜ ਰਹੇ। ਮੈਂ ਕਿਹਾ ਬੇਟਾ ਉਹਨਾਂ ਦਾ ਭੋਜਨ ਪ੍ਰਸ਼ਾਦਾ ਕਨੇਡਾ ਲਿਖਿਆ ਹੋਇਆ, ਤੇਰਾ ਅਜੇ ਲਿਖਿਆ ਨਹੀਂ। ਜਦੋਂ ਤੇਰਾ ਲਿਖਿਆ ਤੈਨੂੰ ਵੀ ਨਹੀਂ ਕੋਈ ਰੋਕ ਸਕਦਾ। ਅਕਾਲ ਪੁਰਖ ਵਾਹਿਗੁਰੂ ਲਿਖਣ ਵਾਲਾ, ਇਹਨੂੰ ਕਹਿੰਦੇ ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਮੈਂ ਕੈਲਗਰੀ ਰਿਹਾ 16 ਦਿਨ, ਉੱਥੇ ਇੱਕ ਫੈਮਿਲੀ ਪਰਿਵਾਰ ਆ ਗਏ, ਉਹ ਉਹਨਾਂ ਨੇ ਰਿਫਿਊਜੀ ਕੇਸ ਲਾਇਆ ਹੋਇਆ। ਜਿਹੜੀ ਰਿਫਿਊਜੀ ਕੇਸ ਹੁੰਦਾ ਉਹਦੇ ਵਿੱਚ ਹੁੰਦਾ ਵੀ ਜਿਹੜੀ ਕੰਟਰੀ ਦੇ ਅਸੀਂ ਹੋਮ ਕੰਟਰੀ ਰਹਿਣ ਵਾਲੇ ਉੱਥੇ ਸਾਨੂੰ ਖਤਰਾ ਹੈ, ਅਸੀਂ ਨਹੀਂ ਜਾਣਾ, ਇੱਥੇ ਸਾਨੂੰ PR ਦਿਓ। ਉਹਦਾ ਫਿਰ ਕੇਸ ਚੱਲਦਾ, ਫਿਰ ਉਹਨਾਂ ਦੀ ਹੀਅਰਿੰਗ ਹੁੰਦੀ ਹੈ, ਤੋਂ ਜੱਜ ਨੇ ਉਹਨਾਂ ਦੀ ਗੱਲਾਂ ਬਾਤਾਂ ਤੋਂ ਕੇਸ ਰਿਫਿਊਜ਼ ਕਰਤਾ। ਉਹ ਕਹਿੰਦੇ ਵੀ ਤੁਹਾਨੂੰ ਇੰਡੀਆ 'ਚ ਕੋਈ ਖਤਰਾ ਨਹੀਂ, ਤੁਸੀਂ ਝੂਠ ਬੋਲ ਰਹੇ ਹੋ, ਵਾਪਸ ਜਾਓ ਆਪਣੀ ਹੋਮ ਕੰਟਰੀ। ਉਹਨੇ ਦੁਬਾਰਾ ਫਿਰ ਕੀਤਾ, ਕਿਉਂਕਿ ਉਹਦੇ ਡਬਲ ਚਾਂਸ ਹੁੰਦੇ ਨੇ, ਦੂਜੀ ਵਾਰ ਫਿਰ ਤੁਸੀਂ ਕਰ ਸਕਦੇ। ਫਿਰ ਕੀਤਾ, 3 ਮਹੀਨਿਆਂ ਬਾਅਦ ਦੂਜੇ ਜੱਜ ਨੇ ਵੀ ਰਿਫਿਊਜ਼ ਕਰ ਦਿੱਤਾ ਵੀ ਤੁਹਾਨੂੰ ਤੁਹਾਡੇ ਦੇਸ਼ 'ਚ ਕੋਈ ਖਤਰਾ ਨਹੀਂ, ਤੁਹਾਡੀ ਸਟੋਰੀ ਸਾਨੂੰ ਝੂਠੀ ਲੱਗਦੀ ਹੈ, ਅਸੀਂ ਤੁਹਾਨੂੰ ਕਨੇਡਾ ਵਿੱਚ PR ਜਾਂ ਵਰਕ ਪਰਮਿਟ ਨਹੀਂ ਦੇ ਸਕਦੇ, ਵਾਪਸ ਜਾਓ ਆਪਣੀ ਹੋਮ ਕੰਟਰੀ। ਉਹਨੂੰ 21 ਦਿਨ ਦਾ ਵਕਤ ਦਿੱਤਾ, 21 ਦਿਨਾਂ ਦੇ ਅੰਦਰ ਅੰਦਰ ਸਾਡੀ ਕੰਟਰੀ ਆਊਟ ਕਰ ਜਾਓ। ਹੁਣ ਉਹ ਦੋਵੇਂ ਜੀ, ਇੱਕ ਛੋਟਾ ਜਿਹਾ ਉਹਨਾਂ ਕੋਲ 5-6 ਸਾਲ ਦਾ ਬੱਚਾ, ਕਿਉਂਕਿ ਪਿਛਲੇ 5-6 ਸਾਲ ਤੋਂ ਰਹਿ ਰਹੇ ਨੇ, ਉਹ 5-6 ਸਾਲ ਦਾ ਬੱਚਾ ਉੱਧਰ ਦਾ ਵਰਥ ਹੈ। ਕੈਨੇਡੀਅਨ ਗੌਰਮੈਂਟ ਨੇ ਕਹਿ ਦਿੱਤਾ ਵਾਪਸ ਜਾਓ, 2 ਤੋਂ ਵੱਧ ਉਹ ਦੁਬਾਰਾ ਉੱਥੇ ਅਪਲਾਈ ਨਹੀਂ ਕਰ ਸਕਦੇ। 3ਵਾਰ ਏਜੰਟ ਨੇ ਕਿਹਾ, ਜਦੋਂ ਉਹ ਮੈਨੂੰ ਮਿਲੇ, ਉਹ ਕਹਿੰਦੇ ਭਾਈ ਸਾਹਿਬ ਜੀ, ਕਹਿੰਦੇ ਸਾਨੂੰ 21 ਦਿਨ ਦਾ ਵਕਤ ਦਿੱਤਾ। ਕੈਨੇਡੀਅਨ ਗੌਰਮੈਂਟ ਕਹਿੰਦੀ ਹੈ ਇਹ ਕੈਨੇਡਾ ਸਾਡੀ ਕੰਟਰੀ ਛੱਡ ਕੇ ਵਾਪਸ ਚਲ ਜਾਓ ਹੋਮ ਕੰਟਰੀ। ਤਾਂ ਮੈਂ ਉਹਨੂੰ ਕਿਹਾ ਵਕੀਲ ਨੂੰ ਪੁੱਛੋ ਕੋਈ ਹੋਰ ਰਾਹ ਵੀ ਹੁੰਦਾ, ਤੁਸੀਂ ਰਹਿਣਾ ਚਾਹੁੰਦੇ ਕੈਨੇਡਾ 'ਚ। ਕਹਿੰਦੇ ਭਾਈ ਸਾਹਿਬ ਤਾਂ ਹੀ ਤਾਂ ਇੰਨੇ ਸਾਲਾਂ ਤੋਂ ਔਖੇ ਹੋ ਰਹੇ, ਹੋਰ ਕੋਈ ਰਾਹ ਪੁੱਛੋ। ਵਕੀਲ ਨੂੰ ਪੁੱਛਿਆ, ਉਹ ਕਹਿੰਦਾ ਇੱਕ ਰਸਤਾ ਹੋਰ ਹੈ, ਉਹ ਆਵੇ ਤਰਸ ਦੇ ਆਧਾਰ 'ਤੇ ਛੋਟੇ ਬੱਚੇ ਵੱਲੋਂ ਕੇਸ ਲੱਗੇਗਾ, ਛੋਟੇ ਬੱਚੇ ਵੱਲੋਂ ਤਰਸ ਦੇ ਆਧਾਰ 'ਤੇ ਕੇਸ ਲੱਗਣਾ ਵੀ ਇਹ ਬੱਚਾ ਇੱਥੋਂ ਦਾ ਵਾਰਨ ਹੈ, ਅਸੀਂ ਤਰਸ ਦੇ ਆਧਾਰ 'ਤੇ ਕੈਨੇਡੀਅਨ ਗੌਰਮੈਂਟ ਤੋਂ ਮੰਗਦੇ ਵੀ ਇਹ ਬੱਚੇ ਦੇ ਪੇਰੈਂਟਸ ਹੋਣ ਦੇ ਨਾਤੇ ਸਾਨੂੰ ਇੱਥੇ ਜਗ੍ਹਾ ਦਿੱਤੀ ਜਾਵੇ, ਸਾਨੂੰ ਬੱਚੇ ਨੂੰ ਬਾਹਰ ਨਾ ਵਾਪਸ ਨਾ ਭੇਜਿਆ ਜਾਏ। ਉਹਨੇ ਲਾ ਦਿੱਤਾ। ਅਤੇ ਸਾਹ ਸੰਗਤ, ਮੈਂ ਉਹਨੂੰ ਇੱਕੋ ਗੱਲ ਕਹੀ, ਜੇ ਉਹ ਫਿਰ ਜਿਹੜੀ ਉਹਦੀ ਵਾਈਫ ਸੀ ਨਾ, ਉਹ ਡਿਪਰੈਸ਼ਨ 'ਚ ਰਹਿਣ ਲੱਗ ਪਈ। ਮੈਂ ਉਹਨੂੰ ਕਿਹਾ ਵੀ ਇੱਦਾਂ ਤਾਂ ਤੁਸੀਂ ਪੱਕੇ ਹੋਣ ਦੇ ਚੱਕਰ 'ਚ ਬਿਮਾਰ ਹੋ ਜਾਣਾ, ਫਿਰ ਕੀ ਫਾਇਦਾ ਤੁਹਾਨੂੰ ਪੱਕੇ ਹੋਣ ਦਾ। ਗੁਰੂ 'ਤੇ ਭਰੋਸਾ ਰੱਖੋ, ਇੰਨਾ ਵਿਸ਼ਵਾਸ ਰੱਖੋ, ਜੇ ਭਾਗਾਂ 'ਚ ਰੋਟੀਆਂ ਲਿਖੀਆਂ ਨੇ, ਜਿਹਨੇ 7 ਸਾਲ ਕੈਨੇਡਾ ਦਾ ਅੰਨ ਦਿੱਤਾ, ਜੇ ਅੱਗੇ ਲਿਖਿਆ ਹੋਇਆ ਤੁਹਾਡਾ ਹੋ ਜਾਣਾ। ਹਾਂ, ਉਹਦਾ ਸ਼ੁਕਰਾਨਾ ਕਰੋ, ਉਹਦੀ ਬਾਣੀ ਪੜ੍ਹੋ, ਉਹਦੇ ਚਰਨਾਂ 'ਚ ਅਰਦਾਸ ਕਰੋ। ਜਿਹਨੇ ਭਾਗਾਂ 'ਚ ਲਿਖਿਆ ਉਹ ਅੱਗੇ ਵਧਾ ਵੀ ਸਕਦਾ। ਲੇਖ ਲਿਖਣੇ ਰੱਬ ਦੇ ਹੱਥ ਹੈ, ਬੰਦੇ ਦੇ ਹੱਥ ਨਹੀਂ। ਬੰਦਿਆਂ ਨੂੰ ਤਾਂ ਸਾਹਿਬ ਨੇ ਕਿਹਾ, ਲੇਖਣਾ ਮਿਟਈ ਹੇ ਸਖੀ ਜੋ ਲਿਖਿਆ ਕਰਤਾਰ। ਕੋਈ ਕਿਸੇ ਦੇ ਲੇਖ ਨਹੀਂ ਬਦਲ ਸਕਦਾ, ਜਿਹਨੇ ਲੇਖ ਲਿਖੇ ਨੇ ਨਾ, ਉਹੀ ਉਹ ਰੱਬ ਬਦਲਣ ਦੀ ਸਮਰੱਥਾ ਰੱਖਦਾ। ਸਤਿਗੁਰ ਦੀ ਬਖਸ਼ਿਸ਼ ਕਿਰਪਾ ਹੋਈ ਹੈ, ਹੁਣ ਉਹਨਾਂ ਨੂੰ ਵਰਕ ਪਰਮਿਟ 'ਤੇ ਸਟੇ ਦੇ ਦਿੱਤਾ ਕੈਨੇਡੀਅਨ ਗੌਰਮੈਂਟ ਨੇ, ਵੀ ਅਸੀਂ ਤੁਹਾਨੂੰ ਸਟੇ ਦਿੰਦੇ, ਵਰਕ ਪਰਮਿਟ ਕਰੋ, ਅਸੀਂ ਵੇਖਾਂਗੇ 2 ਸਾਲ 'ਚ ਤੁਸੀਂ ਕੀ ਕਮਾਈ ਕਰਕੇ ਦਿੰਦੇ, ਉਸ ਤੋਂ ਬਾਅਦ ਅਗਲਾ ਕੇਸ ਚੱਲੇ।
ਇੱਕ ਰਾਹ ਬਣ ਗਿਆ ਵੀ ਜੇ 2 ਸਾਲ ਉਹ ਦੋਵੇਂ ਵਾਈਫ ਹਸਬੈਂਡ ਮਿਹਨਤ ਕਰਨਗੇ, ਟੈਕਸ ਦੇਣਗੇ ਪ੍ਰੋਪਰ, ਤਾਂ ਫਿਰ ਉਹ ਗੌਰਮੈਂਟ ਉਹਨਾਂ ਨੂੰ ਅੱਗੇ ਪੀਆਰ ਵਾਸਤੇ ਰਾਹ ਦੇ। ਇੱਦਾਂ ਰੱਬ ਰਸਤੇ ਬਣਾ ਦਿੰਦਾ। ਜੇ ਭਾਗਾਂ 'ਚ ਲਿਖਿਆ ਜਿਨ੍ਹਾਂ ਨੂੰ ਕਿ ਅਸੀਂ 21 ਦਿਨਾਂ ਬਾਅਦ ਛੱਡ ਜਾਓ, ਉਹਨਾਂ ਨੂੰ 2 ਸਾਲ ਦਾ ਫਿਰ ਸਟੇ ਮਿਲ ਗਿਆ। ਇਹ ਵਿਸ਼ਵਾਸ ਅਕਾਲ ਪੁਰਖ ਰੱਬ 'ਤੇ ਰੱਖਣਾ, ਕਿਉਂਕਿ ਲੇਖ ਲਿਖਣ ਵਾਲਾ ਰੱਬ ਹੈ ਜਿਹਦੇ ਭਾਗਾਂ 'ਚ ਉਹਨੇ ਲਿਖਿਆ। ਜੇ ਭਾਗਾਂ 'ਚ ਨਵੀਂ ਹੋਵੇ ਉਹ ਤਾਂ ਵੀ ਲਿਖ ਦਿੰਦਾ, ਇਹ ਉਹਦੀ ਵਡਿਆਈ। 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ 'ਚ ਇੱਕ ਮਾਹੀ ਆਉਂਦੀ ਹੈ, ਜਦੋਂ ਤੁਸੀਂ ਅੰਮ੍ਰਿਤਸਰ ਸਾਹਿਬ ਜਾਓਗੇ, ਤਰਨ ਤਾਰਨ ਬਾਈਪਾਸ 'ਤੇ ਖੱਬੇ ਪਾਸੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਦਾ ਉਹ ਅਸਥਾਨ ਬਣਿਆ ਹੋਇਆ। ਉਹ ਅਸਥਾਨ ਹੈ ਸੰਘਰਾਣਾ ਸਾਹਿਬ, ਤੁੰਗ ਪਿੰਡ ਦੇ ਚੱਬੇ ਪਿੰਡ ਦੀ ਹੱਦ ਹੈ। ਉੱਥੇ 6ਵੇਂ ਪਾਤਸ਼ਾਹ ਨੇ ਵਾਸਾ ਕੀਤਾ, ਆ ਕੇ ਰੁਕੇ ਅਤੇ ਇੱਕ ਮਾਈ ਆ ਕੇ ਅਰਦਾਸ ਕਰਦੀ ਹੈ, ਮਹਾਰਾਜ ਜਿੰਨੀ ਜ਼ਮੀਨ ਹੈ ਨਾ ਸਾਰੀ, ਇਹ ਚੱਬੇ ਦੀ ਜ਼ਮੀਨ ਸਾਡੀ ਹੈ, ਪਾਤਸ਼ਾਹ ਤੁਹਾਡੇ ਚਰਨਾਂ ਵਿੱਚੋਂ ਦਾਤ ਮੰਗਣ ਆਈ ਹਾਂ। ਇੰਨੀ ਜ਼ਮੀਨ ਜਾਇਦਾਦ ਹਵੇਲੀਆਂ ਸਭ ਕੁਝ ਹੈ, ਪਰ ਸਾਂਭਣ ਵਾਲਾ ਕੋਈ ਨਹੀਂ, ਔਲਾਦ ਨਹੀਂ ਹੈ, ਮਹਾਰਾਜ ਕਿਰਪਾ ਕਰੋ, ਔਲਾਦ ਬਖਸ਼ਿਸ਼ ਕਰੋ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਹ ਚੱਬੇ ਦੀ ਮਾਈ ਸੁਲੱਖਣੀ ਵੱਲ ਵੇਖਦੇ ਨੇ, ਵਿੰਦਿਆਂ ਸਾਰ 6ਵੇਂ ਪਾਤਸ਼ਾਹ ਕਹਿੰਦੇ ਨੇ, ਤੇਰੇ ਭਾਗਾਂ ਵਿੱਚ ਰੱਬ ਨੇ ਨਹੀਂ ਲਿਖਿਆ, ਤੇਰੇ ਭਾਗਾਂ ਵਿੱਚ ਰੱਬ ਨੇ ਨਹੀਂ ਲਿਖਿਆ। ਇੰਨੀ ਗੱਲ ਜਦੋਂ ਮਹਾਰਾਜ ਨੇ ਉਹ ਜਗ੍ਹਾ 'ਤੇ ਜਿੱਥੇ ਅੱਜ ਗੁਰਦੁਆਰਾ ਬਣਿਆ ਕਹਿ ਕੇ ਹਜ਼ੂਰ ਚੁੱਪ ਕਰ ਗਏ, ਅਤੇ ਉਹ ਜਿਹੜੀ ਮਾਈ ਸੀ ਉਦਾਸ ਹੋ ਕੇ ਰੋਣ ਲੱਗ ਪਈ। ਜਦੋਂ ਕਿਸੇ ਨੂੰ ਸਿੱਧਾ ਜਵਾਬ ਮਿਲ ਜਾਏ ਦਿਲ ਟੁੱਟ ਜਾਂਦਾ। ਸੇਵਾਦਾਰ ਨੇ ਹਲੂਣਾ ਦੇ ਕੇ ਕਿਹਾ, ਬੀਬੀ ਪਿਛਾਂ ਹੋ ਕੇ ਬੈਠੋ, ਦੂਜਿਆਂ ਵੀ ਮੱਥਾ ਟੇਕਣਾ। ਉਹ ਰੋਂਦਿਆਂ ਰੋਂਦਿਆਂ ਪਿਛਾਂ ਜਾ ਕੇ ਬਹਿ ਗਈ, ਰੋਂਦੀ ਰਹੀ, ਅਖੀਰ ਮਨ ਨੂੰ ਕੋਸਦਿਆਂ ਉੱਠ ਕੇ ਚਲੀ ਗਈ, ਕਰਮ ਜਲੀਏ ਸੁਲੱਖਣੀਏ, ਜੇ ਤੇਰੇ ਭਾਗਾਂ 'ਚ ਨਹੀਂ ਲਿਖਿਆ ਤੈਨੂੰ ਕੌਣ ਦੇ ਸਕਦਾ। ਜਦੋਂ ਰੋਂਦਿਆਂ ਦਰਬਾਰ 'ਚੋਂ ਬਾਹਰ ਗਈ, ਪਿੱਛਿਓਂ ਕਿਸੇ ਨੇ ਆਵਾਜ਼ ਮਾਰ ਕੇ ਕਿਹਾ, ਬੇਟਾ ਰੁਕ ਜਾਓ। ਉਹ ਮਾਈ ਰੁਕ ਗਈ, ਪਿਛਾਂ ਪਰਤ ਕੇ ਵੇਖਿਆ ਆਵਾਜ਼ ਕਿਹਨੇ ਮਾਰੀ ਹੈ, ਕਹਿੰਦੇ ਨੇ ਚਿੱਟਾ ਸ਼ਮਸ਼ ਦੜ ਹੈ, ਅੱਖਾਂ ਦੇ ਆਬਾਲ ਭੰਬੜੀਆਂ ਵੀ ਚਿੱਟੇ, ਬਿਰਦ ਸਰੀਰ 100 ਸਾਲ ਤੋਂ ਉੱਪਰ ਉਮਰ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਕੋਲ ਆ ਗਏ। ਆਵਾਜ਼ ਦੇ ਕੇ ਕਿਹਾ, ਬੇਟਾ ਰੋ ਕਿਉਂ ਰਹੀ ਹੈ? ਉਹਨੇ ਕਿਹਾ, ਬਾਬਾ ਰੋਵਾਂ ਨਾ ਤਾਂ ਹੋਰ ਕੀ ਕਰਾਂ, ਸੁਣਿਆ ਸੀ ਇੱਥੇ ਭਾਗ ਬਦਲਦੇ ਨੇ, ਮੈਨੂੰ ਤਾਂ ਇੱਥੋਂ ਵੀ ਜਵਾਬ ਮਿਲ ਗਿਆ, ਫਿਰ ਮੇਰੇ ਭਾਗ ਕੌਣ ਬਦਲ ਸਕਦਾ? ਜੇ ਕਰਮਾਂ 'ਚ ਲਿਖਿਆ ਹੀ ਨਹੀਂ ਫਿਰ ਕੌਣ ਲਿਖ ਸਕਦਾ? ਬਾਬਾ ਬੁੱਢਾ ਸਾਹਿਬ ਨੇ ਕਿਹਾ, ਧੀਏ ਮੈਨੂੰ 100 ਸਾਲ ਤੋਂ ਉੱਪਰ ਹੋ ਗਿਆ ਇੱਥੇ ਸੇਵਾ ਕਰਦਿਆਂ। ਬਾਬਾ ਬੁੱਢਾ ਸਾਹਿਬ ਦੀ ਉਮਰ 125 ਸਾਲ ਹੋਈ, 113 ਸਾਲ ਸਿੱਖੀ ਕਮਾਈ 6 ਪਾਤਸ਼ਾਹੀਆਂ ਤੱਕ। ਕਹਿੰਦੇ ਮੈਨੂੰ 100 ਸਾਲ ਤੋਂ ਉੱਪਰ ਹੋ ਗਿਆ ਧੀਏ ਇੱਥੇ ਸੇਵਾ ਕਰਦਿਆਂ, ਅੱਜ ਤੱਕ ਮੈਂ ਲੋਕ ਨਿਰਾਸ਼ ਆਉਂਦੇ ਵੇਖੇ ਨੇ, ਉਦਾਸ ਆਉਂਦੇ ਵੇਖੇ ਨੇ, ਖੁਸ਼ ਹੁੰਦੇ ਜਾਂਦੇ ਵੇਖੇ ਨੇ, ਖਾਲੀ ਆਉਂਦੇ ਵੇਖੇ ਨੇ, ਭਰੇ ਜਾਂਦੇ ਵੇਖੇ ਨੇ, ਪਰ ਧੀਏ ਉਦਾਸ ਨਾ ਹੋ, ਜੇ ਤੈਨੂੰ ਗੁਰੂ ਨੇ ਜਵਾਬ ਦੇ ਦਿੱਤਾ ਨਾ, ਦਿਲ ਨਾ ਛੱਡ, ਜਾ ਦੁਆਰਾ ਫਿਰ ਅਰਦਾਸ ਕਰ, ਵਿਸ਼ਵਾਸ ਨਾਲ ਕਹੀ, ਜੇ ਤੈਨੂੰ ਹੁਣ ਗੁਰੂ ਨੇ ਕਿਹਾ ਨਾ ਤੇਰੇ ਭਾਗਾਂ 'ਚ ਨਹੀਂ ਲਿਖਿਆ, ਵਿਸ਼ਵਾਸ ਨਾਲ ਕਹਿ ਦੇਈਂ ਦਾਤਾ ਨਹੀਂ ਲਿਖਿਆ, ਫਿਰ ਹੁਣ ਲਿਖ ਦਿਓ, ਤੁਸੀਂ ਲਿਖਣਾ, ਕਿਉਂਕਿ ਜਿਹੜੇ ਗੁਰੂ ਦੇ ਚਰਨਾਂ 'ਚੋਂ ਜਾ ਰਹੀ ਹੈ, ਤੈਨੂੰ ਪਤਾ ਇਹ ਗੁਰੂ ਨਾਨਕ ਦਾ ਘਰ ਹੈ, ਇੱਥੇ ਭਾਗਾਂ ਵਿੱਚ ਲਿਖਣ ਦੀ ਸਮਰੱਥਾ ਗੁਰੂ ਰੱਖਦਾ, ਜੇ ਨਾ ਲਿਖਿਆ ਹੋਵੇ
ਗੁਰੂ ਲਿਖਣ ਦੀ ਸਮਰੱਥਾ ਰੱਖ। ਕਹਿੰਦੇ ਨੇ ਜਦੋਂ ਇੰਨੀ ਗੱਲ ਕਹੀ ਉਹਦੇ ਅੰਦਰ ਵਿਸ਼ਵਾਸ ਜਾਗ ਗਿਆ, ਉਹ ਮਾਹੀ ਰੁਕ ਗਈ। ਜਿਵੇਂ ਛੇਵੇਂ ਪਾਤਸ਼ਾਹ ਦਰਬਾਰ ਚੋਂ ਨਿਕਲ ਕੇ ਘੋੜੇ 'ਤੇ ਸਵਾਰ ਹੋ ਕੇ ਚੱਲਣ ਲੱਗੇ, ਉਹ ਮਾਈ ਮੋਹਰੇ ਆ ਕੇ ਖਲੋ ਗਈ, ਪੱਲਾ ਅੱਡ ਕੇ ਕਿਹਾ, ਮਹਾਰਾਜ ਨੇ ਫਲ ਜਾਂਦੀ ਨੂੰ ਫਲ ਲਾਓ। ਛੇਵੇਂ ਪਾਤਸ਼ਾਹ ਕਹਿੰਦੇ, ਮਾਈ ਤੈਨੂੰ ਤਾਂ ਜਵਾਬ ਦਿੱਤਾ, ਤੇਰੇ ਭਾਗਾਂ 'ਚ ਨਹੀਂ ਹੈ ਔਲਾਦ, ਤੇਰੇ ਲਿਖਾਂ ਵਿੱਚ ਰੱਬ ਨੇ ਔਲਾਦ ਨਹੀਂ ਲਿਖੀ। ਤਾਂ ਉਹ ਮਾਹੀ ਨੇ ਅੱਖਾਂ ਭਰ ਕੇ ਵਿਰਾਗ ਨਾਲ ਮਨ ਭਰ ਕੇ ਉੱਚੀ ਆਵਾਜ਼ 'ਚ ਕਿਹਾ, ਮਹਾਰਾਜ ਨਹੀਂ ਲਿਖੀ ਫਿਰ ਹੁਣ ਲਿਖ ਦਿਓ, ਤੁਸੀਂ ਲਿਖਣਾ, ਤੁਹਾਤੋਂ ਬਗੈਰ ਹੋਰ ਕੌਣ ਲਿਖ ਸਕਦਾ। ਇੰਨੀ ਗੱਲ ਕਹਿ ਕੇ ਚੁੱਪ ਕਰ ਗਈ। ਛੇਵੇਂ ਪਾਤਸ਼ਾਹ ਇੱਕਦਮ ਸੁੰਨ ਹੋ ਗਏ, ਚੁੱਪ ਹੋ ਗਏ। ਦੁਸ਼ਯੰਤ ਹਾਰ ਲਈ, ਇੰਨੇ ਵਿਸ਼ਵਾਸ ਨਾਲ ਇਹਨੇ ਕਿੱਥੋਂ ਮੰਗ ਲਿਆ? ਰੱਬ ਨੂੰ ਪਾਉਣ ਲਈ ਸਿਰਫ ਵਿਸ਼ਵਾਸ ਚਾਹੀਦਾ, ਇੰਨੇ ਵਿਸ਼ਵਾਸ ਨਾਲ ਕਿੱਥੋਂ ਮੰਗ ਲਿਆ? ਇੱਕ ਘੜੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ 24 ਮਿੰਟ ਚੁੱਪ ਚਾਪ ਉਸੇ ਤਰ੍ਹਾਂ ਘੋੜੇ 'ਤੇ ਬੈਠੇ ਰਹੇ, ਹਜ਼ੂਰ ਨਾ ਬੋਲੇ। ਅਤੇ ਫਿਰ 24 ਮਿੰਟਾਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬੋਲੇ। ਇੱਕ ਘੜੀ ਦਾ ਅਰਥ ਹੈ 24 ਮਿੰਟ। ਭਾਈ ਸੰਤੋਖ ਸਿੰਘ ਲਿਖਦੇ, ਕਹਿੰਦੇ ਇੱਕ ਘੜੀ ਤਬ ਤੁਸ਼ਨ ਰਹੇ ਓ, ਤੁਸ਼ਨ ਦਾ ਅਰਥ ਚੁੱਪ। ਇੱਕ ਘੜੀ ਤਬ ਤੁਸ਼ਨ ਰਹੇ ਓ, ਸ਼੍ਰੀ ਗੁਰੂ ਹਰਗੋਬਿੰਦ ਤਬ ਕਹੇ ਓ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬੋਲੇ ਫਿਰ, ਕਹਿੰਦੇ ਮਾਈ ਤੈਨੂੰ ਕਿਸੇ ਜਾਗੇ ਹੋਏ ਨੇ ਜਗਾ ਦਿੱਤਾ, ਤੈਨੂੰ ਕਿਸੇ ਰਾਹ ਪਏ ਨੇ ਰਸਤੇ ਪਾਇਆ। ਇਹ ਵਿਸ਼ਵਾਸ ਦਾ ਰਸਤਾ ਸਿੱਧਾ ਰੱਬ ਦੇ ਘਰ ਜਾਂਦਾ। ਇੰਨੇ ਵਿਸ਼ਵਾਸ ਨਾਲ ਮੰਗਿਆ, ਰੱਬ ਨੂੰ ਦੇਣਾ ਪੈਂਦਾ ਜਾਂ ਤੇਰੇ ਕਰਮ ਭਾਗ ਲੇਖ ਬਦਲੇ। ਇੱਕ ਮੰਗਿਆ ਤੈਨੂੰ ਸੱਤ ਦਿੱਤੇ, ਉਹਦੇ ਭਾਗਾਂ 'ਚ ਸੱਤ ਲਿਖੇ। ਫਿਰ ਪਾਤਸ਼ਾਹ ਨੇ ਸੱਤ ਪੁੱਤਾਂ ਦੀ ਮਾਂ ਹੋਈ ਫਿਰ ਸੁਲੱਖਣੀ, ਔਰ ਚੱਬੇ ਪਿੰਡ ਜ਼ਮੀਨ ਆਲੇ ਦੁਆਲੇ ਤੁੰਗ ਤੋਂ ਲੈ ਕੇ ਗਹਿਰੀ ਤੱਕ ਸਾਧ ਸੰਗਤ ਉਹਦੀ ਔਲਾਦ ਬਸੀ, ਉਹਦੇ ਆਉਣ ਵਾਲੀ ਕੁੱਲ ਪੀੜ੍ਹੀ ਚੱਲੀ। ਕਹਿਣ ਤੋਂ ਭਾਵ ਜੇ ਭਾਗਾਂ 'ਚ ਨਵੀਂ ਲਿਖਿਆ ਹੋਵੇ, ਗੁਰੂ ਲਿਖਣ ਦੀ ਸਮਰੱਥਾ ਰੱਖਦਾ। ਤਾਂਹੀਓ ਹਜ਼ੂਰ ਨੇ ਬਚਨ ਕਹੇ, ਹੁਕਮੇ ਧਾਰ ਤਰ ਰਾਵੇ, ਹੁਕਮੇ ਉਪਜੈ ਹੁਕਮ ਸਮਾਵੇ, ਹੁਕਮੇ ਊਚ ਨੀਚ ਵਿਵਹਾਰ, ਹੁਕਮੇ ਅਨਕ ਰੰਗ ਪਰਕਾਰ। ਭਾਈ ਉਹਦੇ ਹੁਕਮ ਵਿੱਚ ਹੈ, ਉਹ ਧਰੀ ਹੋਈ ਚੀਜ਼ ਨੂੰ ਧਰ ਕਰ ਸਕਦਾ, ਕੱਟ ਸਕਦਾ, ਅਤੇ ਕੱਟੇ ਹੋਏ ਨੂੰ ਦੁਆਰਾ ਲਿਖ ਸਕਦਾ। ਪਰ ਇਹ ਸਮਰੱਥਾ ਸਿਰਫ ਗੁਰੂ ਵਿੱਚ, ਪਰਮੇਸ਼ਰ ਵਿੱਚ ਅਤੇ ਗੁਰ ਪਰਮੇਸ਼ਰ ਵਿੱਚ ਹੈ, ਬੰਦਿਆਂ 'ਚ ਨਹੀਂ ਕਿਸੇ 'ਚ ਹੋ ਸਕਦੀ। ਹਾਂ, ਬੰਦਾ ਕੋਈ ਬੰਦਗੀ ਵਾਲਾ ਹੋਵੇ, ਉਹ ਅਰਦਾਸ ਕਰਕੇ ਸਿਫਾਰਸ਼ ਪਾ ਸਕਦਾ, ਅਦਰਵਾਈਜ਼ ਲੇਖ ਬਦਲਣੇ ਉਹਦੇ ਵੱਸ ਦੀ ਗੱਲ ਨਹੀਂ ਹੈ। ਪਰ ਸੰਸਾਰ ਦੇ ਲੋਕ ਬਾਹਰੀ ਤੌਰ 'ਤੇ ਦੁਖੀ ਨੇ, ਇਸ ਲਈ ਅਸੀਂ ਭਟਕ ਜਾਈਦਾ, ਜਿੱਥੇ ਕੋਈ ਦੱਸੇ ਉੱਧਰ ਤੁਰ ਪੈਂਦੇ ਨੇ। ਇੱਕ ਇੱਥੇ ਤੁਹਾਡੇ ਹਨੂੰਮਾਨਗੜ੍ਹ ਤੋਂ ਬਾਬਾ ਬੰਬੇ ਗਿਆ ਹੋਇਆ, ਉਹ ਸੈਟੇਲਾਈਟ ਚੈਨਲਾਂ 'ਤੇ ਬਹਿ ਕੇ ਹੁਣ ਲੋਕਾਂ ਨੂੰ ਕਹਿੰਦਾ, ਜਿਸ ਕੀ ਤਜੋਰੀ ਮੈਂ ਪੈਸੇ ਨਹੀਂ ਜਮ੍ਹਾਂ ਹੋ ਰਹੇ ਹੈ। ਹੁਣ ਤਜੋਰੀ ਤਾਂ ਕਿਸੇ ਦੇ ਵੀ ਨਹੀਂ ਜਮ੍ਹਾਂ ਹੁੰਦੇ, ਹਰੇਕ ਬੰਦਾ ਫਿਰ ਕੰਨ ਖੜ੍ਹੇ ਕਰਕੇ ਸੁਣਦਾ ਵੀ ਪੈਸੇ ਜਮ੍ਹਾਂ ਕਰਨ ਦੀ ਗੱਲ ਚੱਲੀ ਹੈ, ਹੁਣ ਦੱਸੋ।
ਕਹਿੰਦਾ ਜਿਸ ਕੀ ਤਜ਼ੋਰੀ ਮੇਂ ਪੈਸੇ ਨਹੀਂ ਜਮ੍ਹਾਂ ਹੋ ਰਹੇ, ਜਿਨ ਕਾ ਕਾਰੋਬਾਰ ਨਹੀਂ ਚੱਲ ਰਿਹਾ, ਜਿਨ ਕੋ ਕਾਰੋਬਾਰ ਮੇਂ ਆਪੱਤੀ ਆ ਰਹੀ ਹੈ, ਵੋ ਧਿਆਨ ਸੇ ਸੁਣ ਲੇ। ਕਹਿੰਦਾ ਏਤ ਨਾਰੀਅਲ ਲਾਲ ਕੱਪੜੇ ਮੇਂ ਲਪੇਟ ਕਰਨ, ਆਪਣੀ ਤਜ਼ੋਰੀ ਮੇਂ ਰੱਖ ਲਓ, ਪੈਸੋਂ ਸੇ ਤਜ਼ੋਰੀ ਭਰ ਜਾਏਗੀ। ਹੱਦ ਹੋ ਗਈ ਗੱਲ ਵਾਲੀ। ਮੈਂ ਇੱਕ ਦਿਨ ਲਾਈਵ ਤੋਂ ਇਹ ਗੱਲ ਕਹੀ ਵੀ ਜੇ ਨਾਰੀਅਲ ਲਾਲ ਕੱਪੜੇ 'ਚ ਰੱਖ ਕੇ ਕਿਸੇ ਦੀ ਤਜ਼ੋਰੀ ਭਰਦੀ ਹੈ, ਆ ਕੋਵਿਡ-19 ਤੋਂ ਬਾਅਦ ਸਾਡਾ ਦੇਸ਼ ਘਾਟੇ ਵਿੱਚ ਜਾ ਰਿਹਾ, ਲੋਕ ਦੁਖੀ ਨੇ ਵਿਚਾਰੇ, 10-20 ਨਾਰੀਅਲ ਇਕੱਠੇ ਹੀ ਹਿੰਦੁਸਤਾਨ ਦੇ ਫਾਈਨਾਂਸ ਮਿਨਿਸਟਰ ਨੂੰ ਦੇ ਦਿਓ, ਉਹ ਵਿਚਾਰਾ ਖਜ਼ਾਨੇ 'ਚ ਰੱਖ ਲੈ, ਖਜ਼ਾਨਾ ਵੱਧ ਜਾਏ। ਸਾਡੇ ਪੰਜਾਬ ਦੇ ਮੰਤਰੀ ਕਹਿੰਦੇ ਰਹਿੰਦੇ ਖਜ਼ਾਨਾ ਖਾਲੀ, ਉਹਨਾਂ ਨੂੰ 10-15 ਨਾਰੀਅਲ ਦੇ ਦਿਓ। ਭਾਈ ਇੱਦਾਂ ਖਾਲੀ ਨਾਰੀਅਲ ਰੱਖਣ ਨਾਲ ਤਜੋਰੀਆਂ ਨਹੀਂ ਵੱਧਦੀਆਂ, ਤੁਹਾਨੂੰ ਕਿਰਤ ਕਰਨੀ ਪਏਗੀ, ਤੁਹਾਨੂੰ 10-9 ਦੀ ਕਿਰਤ ਕਰਨੀ ਪਏਗੀ। ਜੇ ਇੱਦਾਂ ਵੱਧਦਾ ਹੋਵੇ ਮੈਨੂੰ ਇੱਥੇ ਹਨੂੰਮਾਨਗੜ੍ਹ ਆਉਣ ਦੀ ਕੀ ਲੋੜ ਹੈ ਬਈ? ਫਿਰ ਅਸੀਂ ਕਾਹਨੂੰ ਕਥਾ ਸੁਣਾਉਣੀ ਰਾਤ ਨੂੰ, ਆਪਣੇ ਘਰ ਬੈਠੀਏ 1-1 ਵਜੇ 2-2 ਵਜੇ, ਤੁਸੀਂ ਕਿਉਂ ਕੰਮ ਕਰਨੇ ਨੇ? ਤੁਹਾਨੂੰ ਫਿਰ ਇੰਨੀ ਮਿਹਨਤ ਕਰਕੇ 20-20 ਲੱਖ ਲਾ ਕੇ ਬੱਚੇ ਬਾਹਰ ਘੱਲਣ ਦੀ ਕੀ ਲੋੜ ਹੈ? ਫਿਰ ਨਾਰੀਅਲ ਹੀ ਰੱਖ ਲੈਂਦੇ ਤਿਜੋਰੀਆਂ 'ਚ, ਮਕਸਦ ਤਾਂ ਪੈਸਾ ਹੀ ਹੈ। ਇਹ ਬਹੁਤ ਵੱਡਾ ਭਰਮ ਲੋਕਾਂ ਨੂੰ ਨਪੈਥਰ ਕੀਤਾ ਜਾ ਰਿਹਾ, ਲੋਕਾਂ ਨੂੰ ਕੰਮ ਤੋਂ ਹਟਾਇਆ ਜਾ ਰਿਹਾ। ਸਾਹ ਸੰਗਤ, ਕਿਰਤ ਤੋਂ ਬਗੈਰ ਕੋਈ ਪੈਸਾ ਨਹੀਂ ਦਿੰਦਾ। ਇੱਕ ਬੰਦਾ ਮੈਨੂੰ ਹੱਥ ਖੜਾ ਕਰਕੇ ਦੱਸਦਾ ਜਿਹੜਾ ਕਵੇ ਮੈਂ ਕੋਈ ਕੰਮ ਨਹੀਂ ਕੀਤਾ, ਮੈਨੂੰ ਲੋਕ ਪੈਸੇ ਦੇਈ ਜਾਂਦੇ ਨੇ। ਕੰਮ ਤੋਂ ਬਗੈਰ ਪੈਸਾ ਨਹੀਂ ਬਣਦਾ। ਧਰਮ ਹੀ ਇਹ ਹੈ, ਜਿੱਦਣ ਧਰਮ ਦੀ ਕਿਰਤ ਕਰਨ ਲੱਗ ਜਾਓ। ਹੁਣ ਇੱਕ ਕਥਾ ਮੈਂ ਕਹਿਣੀ, ਇਹਨੂੰ ਧਿਆਨ ਨਾਲ ਸੁਣਿਓ। ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪੁਰਬ ਵੀ ਤੁਸੀਂ ਮਨਾਇਆ। ਜਦੋਂ ਪਾਤਸ਼ਾਹ ਚੂੜਕਾਣੇ ਦੀ ਜੋ ਵੇ ਸੱਚਾ ਸੌਦਾ ਕਰਨ ਗਏ ਨਾ, ਪਿਤਾ ਮਹਿਤਾ ਕਾਲੂ ਜੀ ਨੇ 20 ਰਜਤਪਣ ਦਿੱਤੇ। 20 ਰਜਤਪਣ, ਜਿਹਨੂੰ 20 ਰੁਪਈਏ ਕਹੀਏ, ਉਸ ਵਕਤ ਰਜਤਪਣ ਚੱਲਦੇ ਸੀ। ਉਸ ਵਕਤ ਨੇ 20 ਰਜਤਪਣ, ਅੱਜ ਤੋਂ 5 ਸਦੀਆਂ ਪਹਿਲਾਂ, 500 ਸਾਲ ਪਹਿਲਾਂ, 20 ਰਜਤਪਣ ਬੜੀ ਵੈਲਿਊ ਰੱਖਦੀ ਸੀ, ਪੈਸੇ ਦੀ ਬਹੁਤ ਕੀਮਤ ਸੀ ਪੈਸੇ ਦੀ। ਉਸ ਵਕਤ ਦੇ 20 ਰਜਤਪਣ ਜੇ ਤੁਸੀਂ ਅੱਜ ਦੀ ਅਮਾਊਂਟ ਕੰਪੇਅਰ ਕਰਕੇ ਵੇਖੋ ਤਾਂ ਘੱਟੋ ਘੱਟ 2 ਕਰੋੜ ਤੋਂ ਵੱਧ ਵੈਲਿਊ ਬਣਦੀ ਪੈਸੇ ਦੀ। 2 ਕਰੋੜ ਰੁਪਈਆ ਕਿਸੇ ਪਿਓ ਨੇ ਆਪਣੇ ਪੁੱਤ ਨੂੰ ਦਿੱਤਾ ਹੋਵੇ, ਲੈ ਪੁੱਤ ਕੋਈ ਸੌਦਾ ਕਰ, ਕੋਈ ਵਪਾਰ ਕਰ, ਕੋਈ ਬਿਜ਼ਨਸ ਕਰ, ਇਹ 2 ਕਰੋੜ ਦਾ ਹੁਣ 4 ਕਰੋੜ ਬਣਾਈ। ਬਹੁਤ ਵੱਡਾ ਬਿਜ਼ਨਸ ਕਰਨ ਵਾਸਤੇ ਇੰਨੇ ਪੈਸੇ ਦਿੱਤੇ, 20 ਰਜਤਪਣ, 2 ਕਰੋੜ ਦੇ ਕਰੀਬ ਪੈਸਾ ਬਣਦਾ। ਅਤੇ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਲੈ ਗਏ ਭਾਈ ਵਾਲਾ ਜੀ ਮਰਦਾਨਾ ਜੀ ਨੂੰ ਨਾਲ ਲਿਆ। ਨਨਕਾਣਾ ਸਾਹਿਬ ਤੋਂ ਕੁਝ ਮੀਲ ਦੀ ਵਿੱਥ ਉੱਤੇ ਚੂੜਕਾਣੇ ਦੀ ਜੂਹ ਹੈ, ਅੱਜ ਉੱਥੇ ਗੁਰਦੁਆਰਾ ਬਣਿਆ ਹੋਇਆ। ਉਹ ਦਰਖਤਾਂ ਦੀ ਝਿੜੀ ਸੀ, ਝਿੜੀ ਸਮਝਦੇ ਹੋ, ਜਿੱਥੇ 20-25-30 ਦਰਖਤ ਇਕੱਠੇ ਝਿੜੀ ਬਣੀ ਹੋਵੇ, ਦਰਖਤਾਂ ਦੀ ਝਿੜੀ ਸੀ। ਉਹ ਝਿੜੀ ਦੇ ਅੰਦਰ ਸਾਧੂ ਰਹਿੰਦੇ ਹੁੰਦੇ ਸੀ, ਕਿਤੇ ਰਾਤ ਰਹਿਣਾ, ਕਿਸੇ ਨੇ ਦੁਪਹਿਰਾ ਕੱਟਣਾ, ਪਿੰਡਾਂ 'ਚੋਂ ਘੁੰਮ ਕੇ ਮੰਗ ਕੇ ਖਾ ਕੇ ਆ ਕੇ ਉੱਥੇ ਰਹਿਣਾ। ਅੱਜ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਪਹੁੰਚ ਗਏ, ਜਾ ਕੇ ਝਿੜੀ ਵਿੱਚ ਪਾਤਸ਼ਾਹ ਨੇ ਲੰਗਰ ਸ਼ੁਰੂ ਕਰਤਾ। ਮਰਦਾਨੇ ਵਾਲੇ ਨੂੰ ਕਿਹਾ ਰਸਤਾ ਲਿਆਓ, ਵਧੀਆ ਪਕਵਾਨ, ਲੰਗਰ ਸ਼ੁਰੂ ਹੋ ਗਏ, ਸਾਧੂ ਛਕਣ ਲੱਗ ਪਏ। ਇੱਕ ਦਿਨ ਲੰਗਰ ਚੱਲਿਆ, ਦੂਜੇ ਦਿਨ ਫਿਰ ਲੰਗਰ ਚੱਲਿਆ, ਰੌਲਾ ਪੈ ਗਿਆ ਦੂਰ ਤੱਕ। ਕੋਈ ਅਮੀਰ ਬੰਦਾ ਆਇਆ, ਭਾਈ ਉਹਨੇ ਲੰਗਰ ਲਾਇਆ ਹੋਇਆ ਉੱਥੇ, ਲੰਗਰ ਤਾਂ ਤੁਸੀਂ ਲਾ ਦਿਓ ਰੋਡ 'ਤੇ, ਪਰਸੋਂ ਤੱਕ ਰੌਣਕਾਂ ਲੱਗ ਜਾਣੀਆਂ ਉੱਥੇ। 3 ਦਿਨ ਲੰਗਰ ਚੱਲਦਾ ਰਿਹਾ, 3ਜੇ ਦਿਨ ਫਿਰ ਲੰਗਰ ਪ੍ਰਸ਼ਾਦਾ ਚੱਲਿਆ, ਸਾਧੂਆਂ ਨੇ ਰਜ ਰਜ ਖਾਧਾ। ਕਿਤੇ ਜਾਣ ਦੀ ਲੋੜ ਨਹੀਂ, ਕੋਈ ਅਮੀਰ ਜਜਮਾਨ ਆਇਆ, ਉਹ ਅਮੀਰ ਜਜਮਾਨ ਨੇ ਲੰਗਰ ਲਾਏ ਹੋਏ ਨੇ, ਪਕਵਾਨ ਬਣ ਰਹੇ ਨੇ,
ਪ੍ਰਸ਼ਾਦੇ ਚੱਲ ਰਹੇ ਨੇ, ਤਿੰਨ ਦਿਨ ਲੰਗਰ ਚੱਲਦਾ ਰਿਹਾ। ਚੌਥੇ ਦਿਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸੱਚਾ ਸੌਦਾ ਕੀਤਾ। ਇਹਦਾ ਮਤਲਬ ਲੰਗਰ ਲਾਉਣਾ ਸੱਚਾ ਸੌਦਾ ਨਹੀਂ, ਲੰਗਰ ਲਾਉਣਾ ਸੱਚਾ ਸੌਦਾ ਨਹੀਂ ਸੀ, ਸੱਚਾ ਸੌਦਾ ਤਿੰਨਾਂ ਦਿਨਾਂ ਬਾਅਦ ਮਹਾਰਾਜ ਨੇ ਕੀਤਾ। ਲੰਗਰ ਲਾਉਣਾ ਸੱਚਾ ਸੌਦਾ ਨਹੀਂ ਸੀ, ਮਾਫ਼ ਕਰਿਓ। ਇੱਦਾਂ ਤਾਂ ਅੱਜ ਵੀ ਕੋਈ ਬੰਦਾ 1 ਲੱਖ ਰੁਪਏ ਦਾ ਲੰਗਰ ਲਾ ਦਿਓ ਰੋਡ 'ਤੇ, ਸਵੇਰ ਤੋਂ ਸ਼ਾਮ ਤੱਕ ਨਾ ਮੁੱਕਣਾ ਨਹੀਂ ਹੈ। ਸਬਜ਼ੀ ਨਾਲ ਕੋਈ ਕੜਾ ਪ੍ਰਸ਼ਾਦ ਨਾਲ ਕੋਈ ਹੋਰ ਪੂੜੀਆਂ ਕੱਢ ਦਿਓ, ਭਾਵੇਂ ਸ਼ਾਮਾਂ ਤੱਕ 1 ਲੱਖ ਰੁਪਏ ਦਾ ਲੰਗਰ ਨਹੀਂ ਮੁੱਕਣਾ। ਰੋਡ 'ਤੇ ਲਾ ਦਿਓ 1 ਲੱਖ ਰੁਪਏ ਦਾ ਲੰਗਰ ਲਾ ਕੇ ਸ਼ਾਮਾਂ ਨੂੰ ਕੋਈ ਕਹਿ ਸਕਦਾ ਮੈਂ ਵੀ ਸੱਚਾ ਸੌਦਾ ਕੀਤਾ ਵੇ? ਜੇ ਗੁਰੂ ਨਾਨਕ ਸਾਹਿਬ ਨੇ ਲੰਗਰ ਲਾ ਕੇ ਸੱਚਾ ਸੌਦਾ ਕੀਤਾ, ਆਪਾਂ ਵੀ ਕਹਿ ਸਕਦੇ, ਕੋਈ ਕਹਿ ਸਕਦਾ ਮੈਂ ਵੀ ਸੱਚਾ ਸੌਦਾ ਕਰ ਲਿਆ ਜੀ, ਲੰਗਰ ਚਲਾਇਆ ਸਵੇਰ ਤੋਂ ਸ਼ਾਮ ਤੱਕ। ਇਹਦਾ ਮਤਲਬ ਲੰਗਰ ਚਲਾਉਣਾ ਸੱਚਾ ਸੌਦਾ ਨਹੀਂ ਸੀ। ਇਹ ਗੁਰੂ ਘਰ ਦੀ ਮਰਿਆਦਾ ਜ਼ਰੂਰ ਹੈ ਕਿ ਪਹਿਲੇ ਪੰਗਤ ਪਾਛੇ ਸੰਗਤ, ਪਰ ਲੰਗਰ ਲਾਉਣਾ ਸੱਚਾ ਸੌਦਾ ਨਹੀਂ। ਤੀਜੇ ਦਿਨ ਤੋਂ ਬਾਅਦ ਹਜ਼ੂਰ ਨੇ ਸੱਚਾ ਸੌਦਾ ਕੀਤਾ। ਹੁਣ ਸੁਣਿਓ ਕੀ ਆ ਸੱਚਾ ਸੌਦਾ। ਜਦੋਂ 3 ਦਿਨ ਪ੍ਰਸ਼ਾਦਾ ਛਕਾਉਂਦੇ ਰਹੇ, ਚੌਥੇ ਦਿਨ ਮਹਾਰਾਜ ਬੋਲੇ ਸਾਧੂਆਂ ਨੂੰ, ਕਹਿੰਦੇ ਸਾਧੂ ਜਨੋ, ਭਾਈ ਰੱਬ ਨੇ ਤੁਹਾਨੂੰ ਹੱਥ ਦਿੱਤੇ ਨੇ, ਜਨਮ ਦਿੱਤਾ ਮਾਨਸ ਦੇਈ ਦਾ, ਇਹ ਹੱਥ ਪੈਰ ਤੰਦਰੁਸਤ ਦਿੱਤੇ ਨੇ, ਇਹ ਮੰਗ ਕੇ ਖਾਣ ਵਾਸਤੇ ਨਹੀਂ ਭਾਈ, ਇਹ ਕਿਰਤ ਕਰਨ ਵਾਸਤੇ ਆ, ਕੋਈ ਕੰਮ ਕਾਰ ਕਰੋ। ਮੰਗ ਕੇ ਕਿਉਂ ਖਾਂਦੇ ਹੋ? ਜਦੋਂ ਕਿਹਾ ਨਾ ਮੰਗ ਕੇ ਕਿਉਂ ਖਾਂਦੇ ਹੋ? ਹੁਣ ਸਾਧੂ ਹਿੱਲ ਗਏ, ਉਹਨਾਂ ਦੇ ਮਨ 'ਚ ਆਇਆ 3 ਦਿਨ ਹੋ ਗਏ ਖਲਾਈ ਜਾਂਦਾ ਪ੍ਰਸ਼ਾਦਾ, ਹੁਣ ਕਹਿੰਦਾ ਵੀ ਹੱਥ ਕਾਹਦੇ ਵਾਸਤੇ ਦਿੱਤੇ? ਕਿਉਂਕਿ ਇਕੱਠੇ ਕਰਨੇ ਸੀ ਨਾ ਸਾਧੂ। ਸਭ ਨੂੰ ਕਿਹਾ ਤੁਹਾਨੂੰ ਰੱਬ ਨੇ ਹੱਥ ਨਹੀਂ ਦਿੱਤੇ, ਮਾਨਸ ਜਨਮ ਦਿੱਤਾ, ਇਹ ਮੰਗ ਕੇ ਖਾਣ ਵਾਸਤੇ ਨਹੀਂ, ਇਹਨਾਂ ਹੱਥਾਂ ਨਾਲ ਕੋਈ ਕਿਰਤ ਕਰੋ, ਕੋਈ ਕਮਾਈ ਕਰੋ, ਆਪਣੇ ਬੱਚੇ ਪਾਲੋ, ਰਹੀ ਗੱਲ ਰੱਬ ਨੂੰ ਮਿਲਣ ਦੀ। ਹਜ਼ੂਰ ਨੇ ਕਿਹਾ ਘਰ ਦੇ ਬੱਚੇ ਛੱਡ ਕੇ ਜੰਗਲਾਂ 'ਚੋਂ ਰੱਬ ਨਹੀਂ ਮਿਲਦਾ, ਆਪਣੇ ਬੱਚਿਆਂ 'ਚੋਂ ਤੁਹਾਨੂੰ ਰੱਬ ਨਹੀਂ ਦਿਸਿਆ, ਦੱਸੋ ਕਿਸੇ ਹੋਰ ਦੇ ਬੱਚਿਆਂ 'ਚੋਂ ਰੱਬ ਵੇਖ ਲਓਗੇ? ਜਿਹਨੂੰ ਆਪਣੇ ਬੱਚਿਆਂ 'ਚੋਂ ਰੱਬ ਨਹੀਂ ਨਜ਼ਰ ਆਉਂਦਾ ਉਹ ਕਿਸੇ ਹੋਰ ਦੇ ਬੱਚਿਆਂ 'ਚੋਂ ਰੱਬ ਕੀ ਵੇਖੇਗਾ? ਜਿਹਨੂੰ ਘਰ ਪਰਿਵਾਰ 'ਚੋਂ ਰੱਬ ਨਹੀਂ ਦਿਸਿਆ ਉਹ ਜੰਗਲਾਂ 'ਚੋਂ ਕਿੱਥੇ ਲੱਭ ਲਏਗਾ? ਰੱਬ ਤਾਂ ਸਾਰਿਆਂ ਵਿੱਚ ਵੱਸਦਾ। ਧਰਮ ਦੀ ਕਿਰਤ ਕਰੋ, ਆਪਣੇ ਬੱਚਿਆਂ ਦੀ ਪਰਵਰਿਸ਼ ਕਰੋ, ਘਰ ਵਿੱਚ ਬਹਿ ਕੇ ਰੱਬ ਦਾ ਨਾਮ ਲਓ, ਸਤਨਾਮ ਸ੍ਰੀ ਵਾਹਿਗੁਰੂ, ਘਰ ਵਿੱਚ ਬਹਿ ਕੇ ਨਾਮ ਲਓ, ਰਾਮ ਕਹੋ, ਹਰੀ ਕਹੋ, ਅੱਲਾ ਕਹੋ, ਵਾਹਿਗੁਰੂ ਕਹੋ, ਕਿਰਤ ਕਰੋ, ਧਰਮ ਦੀ ਨਾਮ ਜਪੋ, ਪਰਿਵਾਰ ਨੂੰ ਪਾਲੋ, ਇਹੀ ਧਰਮ ਹੈ, ਇਹੀ ਸੱਚਾ ਸੌਦਾ ਹੈ। ਅਤੇ ਜਦੋਂ ਸਾਧੂਆਂ ਨੂੰ ਇੰਨੀ ਗੱਲ ਕਹੀ, ਗੁਰੂ ਨਾਨਕ ਸਾਹਿਬ ਕਹਿ ਰਹੇ ਹੋਣ, ਸਾਧੂ ਕਿਉਂ ਨਹੀਂ ਸਮਝਣਗੇ? ਸਭ ਦੇ ਹੱਥ ਜੁੜ ਗਏ, ਸੱਚੇ ਪਾਤਸ਼ਾਹ ਨੂੰ ਬੋਲੇ, ਕਹਿੰਦੇ ਮਹਾਰਾਜ ਤੁਸੀਂ ਕਹਿੰਦੇ ਹੋ ਘਰ ਜਾਓ, ਬੱਚਿਆਂ 'ਚ ਕਿਹੜਾ ਮੂੰਹ ਲੈ ਕੇ ਜਾਈਏ? ਕਿਸੇ ਨੂੰ 5 ਸਾਲ ਹੋ ਗਏ ਘਰੋਂ ਆਏ ਨੂੰ, ਕਿਸੇ ਨੂੰ 10 ਸਾਲ ਹੋ ਗਏ, ਅਸੀਂ ਕੋਈ ਪੈਸਾ ਨਹੀਂ ਕਮਾਇਆ, ਕੋਈ ਕੰਮ ਨਹੀਂ ਕੀਤਾ, ਲੋਕ ਖਾਣ ਨੂੰ ਦੇਣਦੇ ਨੇ, ਪਹਿਨਣ ਨੂੰ ਦੇਣਦੇ ਨੇ, ਬਸ ਭੰਗ ਪੀ ਲਈਦੀ ਹੈ। ਮਹਾਰਾਜ ਅਸੀਂ ਕਮਾਈ ਨਹੀਂ ਕੀਤੀ, ਕਿਹੜੇ ਮੂੰਹ ਨਾਲ ਘਰ ਜਾਈਏ? ਬਾਕੀ ਜਿਹੜਾ ਬੰਦਾ ਕਮਾਈ ਨਾ ਕਰੇ ਉਹ ਘਰ ਨੂੰ ਆਉਂਦਾ ਹੀ ਨਹੀਂ ਹੈ। ਜਿਹੜਾ ਨਸ਼ਿਆਂ 'ਚ ਪੈ ਜਾਏ, ਕਮਾਈ ਨਾ ਕਰੇ, ਉਹ ਕਦੇ ਘਰ ਨੂੰ ਨਹੀਂ ਆਉਂਦਾ ਵਾਪਸ। ਘਰ ਨੂੰ ਤਾਂ ਉਹ ਆਉਂਦਾ ਜਿਹਨੇ ਕਮਾਈ ਕੀਤੀ ਹੈ, ਜਿਹਨੇ ਮਿਹਨਤ ਕੀਤੀ। ਸਾਧੂ ਬੋਲੇ, ਕਹਿੰਦੇ ਅਸੀਂ ਕਮਾਈ ਨਹੀਂ ਕੀਤੀ ਕੋਈ,
ਕਿਹੜਾ ਮੂੰਹ ਲੈ ਕੇ ਘਰ ਜਾਵਾਂਗੇ? ਕਿਸੇ ਨੂੰ 5 ਸਾਲ, ਕਿਸੇ ਨੂੰ 10 ਸਾਲ ਹੋ ਗਏ ਘਰੋਂ ਆਇਆ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸੱਚਾ ਸੌਦਾ ਕੀਤਾ, ਹਜ਼ੂਰ ਬੋਲੇ, ਕਹਿੰਦੇ ਲਓ ਫਿਰ ਕਿਰਤ ਕਰਿਓ, ਕਮਾਈ ਕਰਿਓ, ਸੌਦਾ ਕਰੋ, ਮਿਹਨਤ ਕਰੋ, ਜਿਹੜੇ ਬਾਕੀ ਪੈਸੇ ਬਚੇ ਉਹ ਮਹਾਰਾਜ ਨੇ ਵੰਡਣੇ ਸ਼ੁਰੂ ਕਰਤੇ। 1 ਧੇਲਾ, 2 ਧੇਲੇ, 4 ਅੰਨੇ, 2 ਅੰਨੇ, ਸਭ ਨੂੰ ਪੈਸੇ ਵੰਡਦੇ, ਕਿਉਂਕਿ ਉਦੋਂ ਪੈਸੇ ਦੀ ਵੈਲਿਊ ਸੀ। ਤੁਹਾਡੇ 'ਚ ਵੀ ਜਿਹੜੇ 60-70 ਸਾਲ ਦੀ ਉਮਰ ਦੇ ਬੰਦੇ ਬੈਠੇ ਆ, 40 ਕੁ ਸਾਲ ਪਹਿਲਾਂ ਤੁਸੀਂ ਵੇਖਿਆ ਹੋਣਾ, ਜਿਹਦੇ ਕੋਲ 100 ਦਾ ਨੋਟ ਹੁੰਦਾ ਸੀ ਨਾ, ਉਹਨੂੰ ਕਹਿੰਦੇ ਬੰਦਾ ਅਮੀਰ ਹੈ ਬਈ। ਅੱਜ ਤੋਂ 40-45 ਸਾਲ ਪਹਿਲਾਂ ਜਿਹਨੇ ਸਾਈਕਲ ਕਢਾਇਆ ਉਹਨੂੰ ਕਹਿੰਦੇ ਸੀ ਬੰਦਾ ਅਮੀਰ ਹੈ ਬਈ, ਸਾਈਕਲ ਕਢਾਇਆ ਇਹਨੇ ਨਵਾਂ। ਪੈਸੇ ਦੀ ਵੈਲਿਊ ਸੀ। 500 ਸਾਲ ਪਹਿਲਾਂ ਕਿੰਨੀ ਵੈਲਿਊ ਹੋਏਗੀ? ਪਾਤਸ਼ਾਹ ਨੇ 1 ਧੇਲਾ, 2 ਧੇਲੇ, 4 ਧੇਲੇ, 1 ਅੰਨੇ, 2 ਅੰਨੇ ਵੰਡ ਦਿੱਤੇ। ਆਹ ਲਓ ਜਾ ਕੇ ਕਿਰਤ ਕਰੋ, ਇਹਨਾਂ ਪੈਸਿਆਂ ਦਾ ਕੋਈ ਸੌਦਾ ਵਪਾਰ ਕਰੋ, ਆਪਣੇ ਬੱਚੇ ਪਾਲੋ, ਪਰਿਵਾਰ ਵਿੱਚ ਰਹੋ, ਧਰਮ ਦੀ ਕਿਰਤ ਕਰਕੇ ਨਾਮ ਜਪੋ ਪਰਿਵਾਰ ਵਿੱਚ, ਸਤਨਾਮ ਸ੍ਰੀ ਵਾਹਿਗੁਰੂ। ਇਹ ਸੀ ਗੁਰੂ ਨਾਨਕ ਸਾਹਿਬ ਦਾ ਸੱਚਾ ਸੌਦਾ। ਜਦੋਂ ਪੈਸੇ ਲੈ ਲੈਣਾ ਸਾਧੂਆਂ ਨੇ, ਹੁਣ ਅਗਲੀ ਗੱਲ ਸੁਣਿਓ, ਤੁਹਾਡੇ ਕੰਮ ਆਏਗੀ। ਪੈਸੇ ਲੈ ਲੈ ਘਰਾਂ ਨੂੰ ਤੁਰਨ ਲੱਗੇ, ਹੁਣ ਉਹ ਸਾਧੂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਬੋਲੇ, ਕਹਿੰਦੇ ਮਹਾਰਾਜ ਪੈਸੇ ਤੁਸੀਂ ਦੇ ਦਿੱਤੇ ਨੇ, ਅਸੀਂ ਤੁਹਾਡੇ ਪੈਸਿਆਂ ਦੀ ਕਰਾਂਗੇ ਕੋਈ ਸੌਦਾ, ਕੋਈ ਕਿਰਤ, ਕੋਈ ਕਮਾਈ। ਮਹਾਰਾਜ ਜਿੱਦਣ ਸਾਡੀ ਕਮਾਈ 'ਚ ਬਰਕਤ ਪੈ ਗਈ ਨਾ, ਅਸੀਂ ਤੁਹਾਡੇ ਪੈਸੇ ਵਾਪਸ ਕਰਾਂਗੇ। ਮਹਾਰਾਜ ਆਪਣਾ ਪਤਾ ਦੱਸੋ। ਹੇ ਗੁਰੂ ਨਾਨਕ ਸਾਹਿਬ, ਆਪਣਾ ਪਤਾ ਦੱਸ ਕੇ ਜਾਓ, ਜਦੋਂ ਸਾਡੀ ਕਿਰਤ ਕਮਾਈ 'ਚ ਬਰਕਤ ਪੈਣ ਲੱਗ ਪਈ, ਆ ਤੁਹਾਡੇ ਦਿੱਤੇ ਪੈਸਿਆਂ ਦਾ ਕੋਈ ਸੌਦਾ ਕਰਾਂਗੇ, ਕੋਈ ਖੇਤੀ ਕਰਾਂਗੇ, ਕੋਈ ਕੰਮ ਕਰਾਂਗੇ, ਜਿੱਦਣ ਕਮਾਈ 'ਚ ਬਰਕਤ ਪਈ ਨਾ, ਤੁਹਾਡੇ ਪੈਸੇ ਵਾਪਸ ਕਰਾਂਗੇ, ਆਪਣਾ ਪਤਾ ਲਿਖਾ ਕੇ ਜਾਓ। ਆ ਜ਼ਿੰਦਗੀ ਵਿੱਚ ਤੁਸੀਂ ਯਾਦ ਰੱਖਿਓ, ਜਦੋਂ ਦਿਲ 'ਚ ਇਹ ਗੱਲ ਆ ਜਾਏ ਨਾ ਵੀ ਫਲਾਨੇ ਤੋਂ ਮੈਂ ਪੈਸੇ ਲਏ ਆ ਵਾਪਸ ਕਰਨੇ ਆ, ਸਮਝੋ ਤੁਸੀਂ ਧਰਮੀ ਆ। ਜੇ ਚਿੱਤ 'ਚ ਇਹ ਆ ਜਾਏ ਨਾ ਵੀ ਫਲਾਨੇ ਰਿਸ਼ਤੇਦਾਰ ਤੋਂ ਮੈਂ ਪੈਸੇ ਲਏ ਨੇ, ਜਦੋਂ ਕਮਾਈ 'ਚ ਬਰਕਤ ਪੈ ਗਈ ਉਹਦੇ ਵਾਪਸ ਕਰਨੇ ਨੇ, ਫਿਰ ਸਮਝ ਲਿਓ ਤੁਸੀਂ ਧਰਮੀ ਹੋ। ਅਤੇ ਜਿੱਦਣ ਚਿੱਤ 'ਚ ਇਹ ਆਉਣ ਲੱਗ ਜਾਏ ਨਾ ਵੀ ਜਿੱਤੋਂ ਪੈਸੇ ਲਏ ਮੰਗੇ ਹੀ ਨਾ ਉਹ ਭੁੱਲ ਜਾਵੇ, ਫਿਰ ਸਮਝੋ ਬੇਈਮਾਨ। ਜਿੱਦਣ ਚਿੱਤ 'ਚ ਇਹ ਆ ਜਾਏ ਵੀ ਜਿਹੜੇ ਬਾਹਰ ਵਾਲੇ ਨੇ ਕੋਈ ਸਾਨੂੰ ਕੋਠੀ ਦਿੱਤੀ ਹੋਈ ਹੈ, ਜ਼ਮੀਨ ਦਿੱਤੀ ਹੈ, ਜਾਂ ਪੈਸਾ ਦਿੱਤਾ, ਜਾਂ ਕੋਠੀ ਵਰਤਣ ਲਈ ਦਿੱਤੀ, ਆਵੇ ਹੀ ਨਾ, ਮੰਗੇ ਹੀ ਨਾ ਪੈਸੇ, ਤੁਸੀਂ ਬੇਈਮਾਨ ਹੋ। ਧਰਮੀ ਕਦੋਂ ਆ? ਜਦੋਂ ਚਿੱਤ 'ਚ ਇਹ ਆ ਜਾਏ ਜਿੱਦਣ ਮੇਰੇ ਪੈਰ ਲੱਗ ਗਏ, ਮੈਂ ਕਮਾਈ ਕਰਨ ਲੱਗ ਪਿਆ, ਉਹਦੇ ਪੈਸੇ ਵਾਪਸ ਕਰਨੇ ਆ। ਇਹਨੂੰ ਕਹਿੰਦੇ ਧਰਮ ਦੀ ਕਿਰਤ। ਅੱਜ ਸਾਧੂਆਂ ਦੇ ਮਨ 'ਚ ਆਇਆ, ਪਾਤਸ਼ਾਹ ਦੇ ਸੱਚੇ ਸੌਦੇ ਦਾ ਅਸਰ ਹੋਇਆ। ਉਹ ਸਾਧੂ ਬੋਲੇ, ਬਾਬਾ ਆਪਣਾ ਪਤਾ ਦੱਸ ਕੇ ਜਾਓ, ਜਦੋਂ ਸਾਡੀ ਕਿਰਤ ਕਮਾਈ ਵਿੱਚ ਬਰਕਤ ਪੈ ਗਈ, ਤੁਹਾਡੇ ਪੈਸੇ ਵਾਪਸ ਕਰਾਂਗੇ। ਮੇਰੇ ਗੁਰੂ ਨਾਨਕ ਸਾਹਿਬ ਮਹਾਰਾਜ ਬੋਲੇ, ਕਹਿੰਦੇ ਸਾਧੂ ਉਹ ਮੇਰਾ ਪਤਾ ਨੋਟ ਕਰੋ, ਮੇਰਾ ਪਤਾ ਨੋਟ ਕਰੋ। ਆ ਗੁਰੂ ਨਾਨਕ ਸਾਹਿਬ ਦਾ ਪਤਾ ਨੋਟ ਕਰ ਲਿਓ ਤੁਸੀਂ ਵੀ, ਕਿੱਥੇ ਰਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ? ਕਹਿੰਦੇ ਮੇਰਾ ਪਤਾ ਨੋਟ ਕਰੋ ਸਾਧੂਓ, ਜਿੱਦਣ ਤੁਹਾਡੀ ਕਮਾਈ 'ਚ ਬਰਕਤ ਪਈ, ਤੁਸੀਂ ਕਹਿੰਦੇ ਹੋ ਮੇਰੇ ਦਿੱਤੇ ਪੈਸੇ ਵਾਪਸ ਕਰਨੇ ਨੇ, ਲਓ ਮੇਰਾ ਪਤਾ ਨੋਟ ਕਰੋ, ਮੇਰੇ ਪੈਸੇ ਵਾਪਸ ਕਰਨ ਲਈ ਮੈਨੂੰ ਲੱਭਣ ਦੀ ਲੋੜ ਨਹੀਂ ਹੈ, ਜਿੱਥੇ ਕੋਈ ਲੋੜਵੰਦ ਨਜ਼ਰ ਆਵੇ ਉਹਦੀ ਮਦਦ ਕਰ ਦਿਓ, ਗੁਰੂ ਨਾਨਕ ਦਾ ਪਤਾ ਹੈ। ਇਹ ਆ ਗੁਰੂ ਨਾਨਕ ਸਾਹਿਬ ਦਾ ਪਤਾ।
ਜਿੱਥੇ ਕੋਈ ਲੋੜਵੰਦ ਨਜ਼ਰ ਆਵੇ ਉਹਦੀ ਮਦਦ ਕਰ ਦਿਓ। ਇਹ ਗੁਰੂ ਨਾਨਕ ਦਾ ਪਤਾ ਹੈ, ਇਹਨੂੰ ਕਹਿੰਦੇ ਨੇ ਸੱਚਾ ਸੌਦਾ। ਅਤੇ ਸਾਧ ਸੰਗਤ, ਅੱਜ ਉੱਥੇ ਖਰਾ ਸੌਦਾ ਗੁਰਦੁਆਰਾ ਬਣਿਆ ਹੋਇਆ, ਮੇਰੇ ਗੁਰੂ ਨਾਨਕ ਸਾਹਿਬ ਦੇ ਸੱਚੇ ਸੌਦੇ 'ਤੇ ਕਈਆਂ ਨੇ ਸੌਦੇ ਚਲਾਏ ਨੇ, ਬਾਅਦ 'ਚ ਝੂਠੇ ਨਿਕਲ ਗਏ, ਚੱਲੇ ਚੁੱਲੇ ਨਹੀਂ ਉਹ। ਕਿਉਂਕਿ ਕਰਮ ਧਰਮ ਪਾਖੰਡ ਜੋ ਦਿਸੈ ਤਿੰਨ ਜੰਮ ਜਗਾਤੀ ਲੁੱਟੈ, ਜਿਨੀ ਗੁਰੂ ਨਾਨਕ ਦੀ ਨਕਲ ਕਰਕੇ ਕਿਹਾ ਨਾ ਵੀ ਅਸੀਂ ਵੀ ਚਲਾਇਆ ਜੀ ਸੌਦਾ, ਸੱਚਾ ਸੌਦਾ, ਚੱਲੇ ਨਹੀਂ। ਕਿਉਂਕਿ ਉਹਦਾ ਹੀ ਚੱਲਣਾ ਜਿਹਦਾ ਸੱਚਾ ਹੋਏਗਾ, ਜਿਹਦਾ ਝੂਠਾ ਉਹ ਕਿਸੇ ਦਾ ਨਹੀਂ ਚੱਲਣਾ, ਨਾ ਮੇਰਾ ਚੱਲਣਾ ਨਾ ਤੁਹਾਡਾ ਚੱਲਣਾ। ਜਿੰਨਾ ਜਿਹਦਾ ਸੱਚਾ ਹੋਏਗਾ ਉਹਦਾ ਹੀ ਚੱਲਣਾ। ਅੱਜ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਉਹ ਸੱਚਾ ਸੌਦਾ ਪੂਰੀ ਦੁਨੀਆ ਅੰਦਰ ਸਿੱਖ ਕਰ ਰਹੇ ਨੇ। ਜੇ ਦੂਜੇ ਦੇਸ਼ ਵਿੱਚ ਵੀ ਲੋੜ ਪੈਂਦੀ ਹੈ, ਜਾ ਕੇ ਲੰਗਰ ਲਾਉਂਦੇ ਨਾ ਗੁਰਸਿੱਖ। ਭੋਪਾਲ ਵਿੱਚ ਸਾਡਾ 0.5 ਹੈ ਸਿੱਖਾਂ ਦੀ ਗਿਣਤੀ, 0.5, ਅਤੇ ਉਸ ਜਗ੍ਹਾ 'ਤੇ ਭੁਚਾਲ ਆਉਂਦਾ, ਲੰਗਰ ਜਾ ਕੇ ਲਾਉਂਦੇ ਨੇ ਗੁਰੂ ਦੇ ਸਿੱਖ, ਬਿਨਾਂ ਬਿਤਕਰੇ ਤੋਂ ਲਾਉਂਦੇ ਨੇ। ਤੁਹਾਡੇ ਸਾਹਮਣੇ ਰੂਸ ਅਤੇ ਇੱਕੋ ਕਿਹੜੀ ਕੰਟਰੀ ਜੀ ਜਿਹਦੀ ਲੜਾਈ ਹੋਈ, ਯੂਕਰੇਨ। ਰੂਸ ਅਤੇ ਯੂਕਰੇਨ ਦੀ, ਰਸ਼ੀਆ ਯੂਕਰੇਨ ਦੀ ਜੰਗ ਹੋਈ, ਲੋਕ ਛੱਡ ਕੇ ਭੱਜੇ ਉੱਥੋਂ, ਜਿਹੜੀਆਂ ਕੰਟਰੀਆਂ ਦੇ ਬੱਚੇ MBBS ਉੱਥੇ ਕਰ ਰਹੇ ਸੀ, ਛੱਡ ਕੇ ਆ ਗਏ ਸਭ ਕੁਝ, ਲੋਕ ਛੱਡ ਕੇ ਆ ਗਏ ਯੂਕਰੇਨ, ਅਤੇ ਗੁਰੂ ਦੇ ਸਿੱਖ ਜਾ ਕੇ ਲੰਗਰ ਲਾ ਰਹੇ ਉੱਥੇ। ਉਹ ਮੋਬਾਈਲ ਕਾਰ ਘੁੰਮਦੀ ਹੈ, ਵੱਡੀਆਂ ਗੱਡੀਆਂ ਨੇ ਘੁੰਮ ਘੁੰਮ ਕੇ ਗਲੀਆਂ 'ਚ, ਸਟਰੀਟਾਂ 'ਚ, ਕਿਸੇ ਨੂੰ ਖਾਣਾ ਚਾਹੀਦਾ, ਉੱਥੇ ਲਿਖਿਆ ਗੁਰੂ ਨਾਨਕ ਹੱਟ, ਕਿਸੇ ਨੂੰ ਕੱਪੜਾ ਚਾਹੀਦਾ, ਖਾਣਾ ਚਾਹੀਦਾ, ਕੋਈ ਹੋਰ ਕਿਸੇ ਤਰ੍ਹਾਂ ਦੀ ਮੈਡੀਕਲ ਮਦਦ ਚਾਹੀਦੀ ਹੈ। ਇੱਥੋਂ ਤੱਕ ਜਿਹੜੇ ਬੱਚੇ ਰੋਂਦੇ ਸੀ ਉਹਨਾਂ ਨੂੰ ਟਿਕਟਾਂ ਬਣਾ ਕੇ ਵੀ ਬਾਰਡਰ ਟਪਾ ਕੇ ਦੂਜੀ ਕੰਟਰੀ ਤੋਂ ਭੇਜਿਆ ਸਿੱਖਾਂ ਨੇ ਇੱਧਰ। ਇਹ ਕਿਉਂ ਕਰ ਰਹੇ ਭਾਈ? ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਇਹ ਸੱਚਾ ਸੌਦਾ ਹੈ। ਜਿੱਥੇ ਕੋਈ ਗਰੀਬ ਮਜ਼ਬੂਰ ਕੋਈ ਲੋੜਵੰਦੀ ਲੋੜ ਪਏ ਉਹਦੀ ਮਦਦ ਕਰ ਦਿਓ, ਗੁਰੂ ਨਾਨਕ ਦਾ ਪਤਾ ਹੈ। ਅਤੇ ਜੇ ਦੂਜੇ ਦਾ ਹੱਕ ਮਾਰਨਾ ਫਿਰ ਆਪਾਂ ਗੁਰੂ ਦੇ ਸਿੱਖ ਨਹੀਂ। ਇਹ ਤਾਂ ਹੋਣਾ ਜੇ ਧਰਮ ਦੀ ਕਿਰਤ ਕੀਤੀ, ਫਿਰ ਨਾਮ ਵੀ ਜਪੋਗੇ, ਫਿਰ ਵੰਡ ਕੇ ਵੀ ਛਕੋਗੇ। ਅੱਜ ਪਾਤਸ਼ਾਹ ਨੇ ਕਿਰਪਾ ਬਖਸ਼ਿਸ਼ ਕੀਤੀ ਹੈ ਇਹਨਾਂ ਬੱਚਿਆਂ ਦਾ, ਅੰਜਲ ਕਿਰਤ ਜਿਹੜੀ ਹੈ ਉਹ ਵਿਦੇਸ਼ ਵਿੱਚ ਲਿਖੀ ਹੈ। ਜੇ ਗੁਰੂ ਦੀ ਬਾਣੀ ਨਾਲ ਜੁੜੇ ਰਹੇ ਸਾਧ ਸੰਗਤ, ਇਹ ਜੀਵਨ ਵੀ ਸਫਲ ਹੋਣਾ। ਕਿਉਂ? ਨਾਲ ਦੀ ਨਾਲ ਧਰਮ ਦੀ ਕਿਰਤ ਕਰਨੀ, ਜਿੱਥੇ ਕੋਈ ਲੋੜਵੰਦ ਮਿਲੇ ਉਹਦੀ ਮਦਦ ਕਰਨੀ। ਤਾਂਹੀਓ ਪਾਤਸ਼ਾਹ ਨੇ ਬਚਨ ਕਹੇ, ਚਾਰ ਤਰੀਕੇ ਨੇ ਮਾਇਆ ਕਮਾਉਣ ਦੇ, ਖੇਤੀ ਕਰਨੀ, ਦੁਕਾਨ ਕਰਨੀ, ਵਪਾਰ ਕਰਨਾ ਬਿਜਨਸ ਕਰਕੇ, ਜਾਂ ਨੌਕਰੀ ਕਰਨੀ। ਇਹ ਚਾਰ ਤਰੀਕੇ, ਚੌਵਾਂ ਤਰੀਕਿਆਂ ਦੇ ਨਾਲ ਕਿਹਾ ਭਾਈ ਜਿਹੜਾ ਨੌਕਰੀ ਕਰਦਾ ਦੱਸੋ, ਉਹ ਕਹਿੰਦਾ ਵੀ ਅੱਜ ਮੀਂਹ ਪੈਂਦਾ ਅੱਜ ਨਹੀਂ ਮੈਂ ਜਾਣਾ, ਅੱਜ ਹਨੇਰੀ ਝੱਖੜ ਚੱਲ ਰਿਹਾ ਅੱਜ ਨਹੀਂ ਮੈਂ ਨੌਕਰੀ 'ਤੇ ਜਾਣਾ। ਜਿਹਦੀ ਸਰਕਾਰੀ ਨੌਕਰੀ ਪੁੱਛੋ ਉਹ ਜੋਬ ਕਦੇ ਗੁਆਉਂਦਾ ਨਹੀਂ, ਮੀਂਹ ਜਾਵੇ ਹਨੇਰੀ ਜਾਵੇ ਉਹਨੂੰ ਹਾਜ਼ਰ ਹੋਣਾ ਪੈਂਦਾ। ਜੇ ਸੱਜਣੋ ਉਹ ਨੌਕਰੀ ਡਰ ਕਰਕੇ ਭੈ ਕਰਕੇ ਕਰਦਾ, ਇੱਕ ਦਿਨ ਉਹ ਨੌਕਰੀ ਪੂਰੀ ਕਰਕੇ ਰਿਟਾਇਰ ਹੁੰਦਾ, ਲੱਖਾਂ ਰੁਪਈਆ ਮਿਲਦਾ ਉਹਨੂੰ, ਆਖਰੀ ਸਵਾਸ ਤੱਕ ਪੈਨਸ਼ਨ ਲੱਗ ਜਾਂਦੀ ਹੈ। ਕਿਉਂ? ਇਹ ਬੰਦਾ ਹਨੇਰੀ ਮੀਂਹ ਵਿੱਚ ਬਈ ਝੱਖੜ ਵਿੱਚ ਜਾ ਕੇ ਬੱਚੇ ਪੜ੍ਹਾਉਂਦਾ ਰਿਹਾ, ਇਹ ਮਰੀਜ਼ਾਂ ਦਾ ਇਲਾਜ ਕਰਦਾ ਰਿਹਾ, ਇਹਨੇ ਨੌਕਰੀ ਕੀਤੀ ਹੈ। ਉਹਨੇ ਮੀਂਹ ਹਨੇਰੀ ਝੱਖੜ ਠੰਡ ਸਰਦੀ ਗਰਮੀ ਦੀ ਪਰਵਾਹ ਨਹੀਂ ਕੀਤੀ। ਇੱਦਾਂ ਰੱਬ ਦੀ ਨੌਕਰੀ ਕਰਨੀ, ਜਿਹੜਾ ਹਰ ਵਕਤ ਦੁੱਖ ਸੁੱਖ ਮੀਂਹ ਹਨੇਰੀ ਕਿਸੇ ਤਰ੍ਹਾਂ ਦੀ ਪਰਵਾਹ ਨਾ ਕਰਦਾ ਹੋਇਆ ਰੋਜ਼ ਗੁਰੂ ਦੀ ਬਾਣੀ ਪੜ੍ਹੇ, ਗੁਰੂ ਨਾਨਕ ਦੀ ਨੌਕਰੀ ਕਰ ਰਿਹਾ।
ਇਹ ਨਹੀਂ ਵੀ ਹੁਣ ਤਾਂ ਸੁੱਖ ਆ ਗਿਆ, ਕੀ ਲੋੜ ਹੈ, ਕੰਮ ਜ਼ਿਆਦਾ ਆ ਜੀ, ਜਾਗ ਹੀ ਨਹੀਂ ਆਉਂਦੀ ਹੁਣ, 10 ਵਜੇ ਉੱਠੀਦਾ ਕਿ ਉੱਥੇ ਸ਼ਿਫਟਾਂ 'ਚ ਕਰਨਾ ਪੈਂਦਾ। ਮੈਂ ਫਿਰ ਐਤਕੀ ਬਹੁਤ ਸਟੂਡੈਂਟਾਂ ਦੀ ਕਲਾਸ ਉੱਥੇ ਕਲਾਸ ਵਿੱਚ ਰਿਹਾ, ਸਟੂਡੈਂਟਾਂ ਦੀਆਂ ਜ਼ਿਆਦਾ ਕਲਾਸਾਂ ਲਾਈਆਂ, ਉਹਨਾਂ ਬੱਚਿਆਂ ਨੂੰ ਬਾਣੀ ਨਾਲ ਜੋੜਿਆ, ਇਹ ਗੱਲ ਕਹੀ ਬੇਟਾ, ਜੇ ਤੁਹਾਡੀ ਸ਼ਿਫਟ ਰਾਤੀ 11 ਵਜੇ ਸ਼ੁਰੂ ਹੁੰਦੀ, ਜਾਂਦੇ ਕਿ ਨਹੀਂ ਤੁਸੀਂ ਜਾਂਦੇ? ਸਵੇਰੇ 5 ਵਜੇ ਆ ਕੇ ਕਹਿੰਦੇ ਹੋ ਰਾਤ ਲਾ ਕੇ ਆਏ ਮੈਂ ਹੁਣ ਸੌਣਾ। ਪੁੱਤ ਜਿੱਥੇ 8 ਘੰਟੇ ਦੁਨਿਆਵੀ ਡਿਊਟੀ ਕੀਤੀ ਹੈ, ਇਸ਼ਨਾਨ ਕਰਕੇ 45 ਮਿੰਟ ਗੁਰੂ ਨਾਨਕ ਦੀ ਡਿਊਟੀ ਕਰ ਲਿਓ, ਨਿਤਨੇਮ ਕਰਕੇ ਸੌਂ ਜਿਓ, ਗੁਰੂ ਨੇ ਲੋਕ ਵਿੱਚ ਵੀ ਘਾਟਾ ਨਹੀਂ ਪੈਣ ਦੇਣਾ, ਅੱਗੇ ਵੀ ਨਹੀਂ ਪੈਣ ਦੇਣਾ। ਉਹਦੀ ਨੌਕਰੀ ਤਾਂ ਕਰੀਏ ਨਾ ਆਪਾਂ, ਦੁਨਿਆਵੀ ਨੌਕਰੀ ਕਰਦੇ ਹਾਂ, ਗੁਰੂ ਦੀ ਛੱਡ ਦਿੱਤੀ ਬਸ। ਜਦੋਂ ਆਪਾਂ ਕਿਹਾ ਸੀ ਸ਼ਿਫਟਾਂ ਵਿੱਚ ਹੈ ਕੰਮ, ਬੱਚੇ ਬਹੁਤ ਬੀਬੇ ਨੇ ਸਾਧ ਸੰਗਤ, ਇੱਦਾਂ ਦੇ ਬੱਚੇ ਬੱਚੀਆਂ ਉੱਥੇ ਮੇਰੇ ਸੰਪਰਕ ਵਿੱਚ ਨੇ ਕਹਿੰਦਾ, ਜਿਹੜੇ ਰਾਤੀ 12 ਵਜੇ ਆਉਂਦੇ ਨੇ ਜੌਬ ਤੋਂ, ਇਸ਼ਨਾਨ ਕਰਕੇ ਪਾਠ ਕਰਕੇ ਫਿਰ ਸੌਂਦੇ ਆ, 12 ਵਜੇ ਆਉਣਗੇ, ਸ਼ਾਮੀ 4 ਵਜੇ ਜੌਬ ਫੜੀ ਹੈ, 3 ਵਜੇ ਤੋਂ ਬਾਅਦ ਰਾਤੀ 11:30 ਖਤਮ ਹੁੰਦੀ, 1/2 ਘੰਟਾ ਆਉਣ ਨੂੰ ਵਾਸਤੇ ਲੱਗਦਾ, 12 ਵਜੇ ਆ ਕੇ ਗੀਜਰ ਲੱਗੇ ਹੋਏ ਨੇ, ਇਸ਼ਨਾਨ ਕੀਤਾ, ਪਾਠ ਕਰਕੇ ਫਿਰ ਉਹ ਸੌਂਦੇ ਨੇ।